ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ ਅੱਜ ਮੈਂ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ 'ਤੇ ਗੱਲ ਕਰਨ ਤੋਂ ਪਹਿਲਾਂ ਜਿਹੜੇ ਦੋਸਤ ਸਾਨੂੰ ਵੇਖ ਰਹੇ ਨੇ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਪਲੀਜ਼ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦੇਣ ਤਾਂ ਕਿ ਬਾਕੀ ਜਿਹੜੇ ਸਾਡੇ ਵੇਖਣ ਵਾਲੇ ਨੇ ਜਿਹੜੇ ਸਕਾਲਰਸ ਨੇ ਵਿਊਅਰਸ ਨੇ ਉਹ ਵੀ ਆ ਜਾਣ ਅਤੇ ਅੱਜ ਦੀ ਜਿਹੜੀ ਇੱਕ ਗੱਲਬਾਤ ਹੈ ਅੱਜ ਦਾ ਜਿਹੜਾ ਲੈਕਚਰ ਹੈ ਉਹਦੇ ਹਵਾਲੇ ਨਾਲ ਅਸੀਂ ਅੱਜ ਦੀ ਇੱਕ ਜਿਹੜਾ ਨਾ ਗੱਲ ਸ਼ੁਰੂ ਕਰ ਸਕੀਏ ਜਿਸ ਤਰ੍ਹਾਂ ਹਿਸਟਰੀ ਲੈਕਚਰ ਸੀਰੀਜ਼ ਦੀ ਆਰਕਾਈਵਸ ਬਣਦੇ ਜਾ ਰਹੇ ਨੇ ਉਹਦੇ ਵਿੱਚ ਨਵੇਂ ਤੋਂ ਨਵੇਂ ਸਕਾਲਰਸ ਜਿਹੜੇ ਪੰਜਾਬ ਦੇ ਹਵਾਲੇ ਨਾਲ ਕੰਮ ਕਰ ਰਹੇ ਨੇ ਔਰ ਪੰਜਾਬ ਦੇ ਦੋਨਾਂ ਸਾਈਡਾਂ ਤੋਂ ਚੜ੍ਹਦੇ ਔਰ ਲੈਂਦੇ ਪੰਜਾਬ ਤੋਂ ਹੋਣ ਜਾਂ ਬਾਹਰ ਵੱਸਦੇ ਹੋਣ ਔਰ ਜਿਹੜੇ ਵੀ ਸਕਾਲਰ ਪੰਜਾਬ 'ਤੇ ਕੰਮ ਕਰ ਰਹੇ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹਦੇ ਵਿੱਚ ਲਿਆਂਦਾ ਜਾਏ ਔਰ ਅਸੀਂ ਇੱਕ ਬਹੁਤ ਵੱਡਾ ਵਨ ਆਫ ਦਾ ਲਾਰਜੈਸਟ ਪੰਜਾਬ ਸਟੱਡੀ ਦਾ ਇੱਕ ਆਰਕਾਈਵ ਬਣਾ ਸਕੀਏ ਜਿਹਦੇ ਵਿੱਚ ਹਰ ਲੈਕਚਰ ਹਰ ਚੀਜ਼ ਜਿਹੜੀ ਹੈ ਉਹ ਸਾਇੰਟੀਫਿਕ ਔਰ ਅਥੈਂਟਿਕ ਹੋਵੇ ਔਰ ਉਹਦੇ 'ਚੋਂ ਸਾਡੇ ਬਹੁਤ ਸਾਰੇ ਸਟੂਡੈਂਟਸ ਨੂੰ ਸਾਡੇ ਪੰਜਾਬ ਦੇ ਉੱਪਰ ਕੰਮ ਕਰਨ ਵਾਲੇ ਲੋਕਾਂ ਨੂੰ ਉਹਦੇ ਨਾਲ ਫਾਇਦਾ ਹੋ ਸਕੇ ਸੋ ਇਸ ਤਰ੍ਹਾਂ ਹੀ ਅਸੀਂ ਲੜੀਵਾਰ ਇਹ ਲੈਕਚਰ ਚਲਾਇਆ ਔਰ ਅੱਜ ਸਾਡਾ 59 ਲੈਕਚਰ ਅੱਜ ਜਿਹੜਾ ਹੈ ਉਹ ਸਾਡਾ ਹੋਣ ਜਾ ਰਿਹਾ ਔਰ ਅੱਜ ਦਾ ਜਿਹੜਾ ਲੈਕਚਰ ਇਹ ਸਾਡੇ ਵਾਸਤੇ ਵੀ ਇੱਕ ਤਰ੍ਹਾਂ ਇੱਕ ਮਾਈਲ ਸਟੋਨ ਵੀ ਔਰ ਅਸੀਂ ਅੱਜ ਦੇ ਇਸ ਲੈਕਚਰ ਦੇ ਹਵਾਲੇ ਨਾਲ ਬਹੁਤ ਖੁਸ਼ ਵੀ ਹਾਂ ਐਕਸਾਈਟਿਡ ਵੀ ਹਾਂ ਕਿ ਅੱਜ ਦਾ ਇਹ ਲੈਕਚਰ ਜਿਹੜਾ ਹੈ ਖਾਸ ਕਰ ਉਹਦਾ ਜਿਹੜਾ ਟੌਪਿਕ ਪੀਰੀਓਡਿਕ ਡਿਵੈਲਪਮੈਂਟ ਆਫ ਆਰਟਸ ਇਨ ਪੰਜਾਬ ਡਿਊਰਿੰਗ 20th ਸੈਂਚਰੀ ਬਹੁਤ ਇੰਪੋਰਟੈਂਟ ਟੌਪਿਕ ਸੀ ਸਾਡੇ ਵਾਸਤੇ ਆਰਟ ਔਰ ਕਲਚਰ ਦੇ ਹਵਾਲੇ ਨਾਲ ਸਾਡੇ ਆਰਕਾਈਵ ਦੇ ਵਿੱਚ ਬਹੁਤ ਥੋੜੇ ਲੈਕਚਰ ਹੋਏ ਔਰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਉਹਨਾਂ ਨੂੰ ਅਸੀਂ ਪੂਰਾ ਕਰਦੇ ਰਹੀਏ ਪਰ ਇਸ ਕੋਸ਼ਿਸ਼ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹਰਡਲ ਹੁੰਦੀ ਹੈ ਸਕਾਲਰਸ ਦਾ ਨਾ ਹੋਣਾ ਜਾਂ ਕੁਛ ਕੰਮ ਉਦਾਂ ਦਾ ਨਾ ਹੋਣਾ ਜਿਹੜਾ ਅਸੀਂ ਇੱਥੇ ਲਿਆ ਸਕੀਏ ਸੋ ਅੱਜ ਸਾਨੂੰ ਇਹ ਬਿਹਤਰ ਮਿਲਿਆ ਕਿ ਕੰਮ ਵੀ ਬਹੁਤ ਵਧੀਆ ਔਰ ਬਹੁਤ ਅੱਛਾ ਟੌਪਿਕ ਵੀ ਸਾਨੂੰ ਅੱਜ ਮਿਲਿਆ ਜਿਹੜਾ ਅਸੀਂ ਅੱਜ ਕਰਨ ਜਾ ਰਹੇ ਹਾਂ ਸਾਡੇ ਨਾਲ ਡਾਕਟਰ ਅੰਜੂ ਬਾਲਾ ਜੀ ਨੇ ਅੱਜ ਸਾਡੇ ਨਾਲ ਅੱਜ ਦੀ ਜਿਹੜੀ ਗੱਲਬਾਤ ਕਰਨ ਵਾਸਤੇ 20th ਸੈਂਚਰੀ ਚ ਆਰਟ ਕਿਸ ਤਰ੍ਹਾਂ ਵਧਿਆ ਔਰ ਉਹਦੇ 'ਤੇ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਮੈਂ ਥੋੜ੍ਹਾ ਜਿਹਾ ਉਹਨਾਂ ਦਾ ਤਾਰਫ ਕਰਵਾਉਂਦਾ ਜਾਵਾਂ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦੇ ਵਿੱਚ ਅਸੀਂ ਆਪਣੇ ਜਿਹੜੇ ਹਿਸਟੋਰੀਅਨ ਨੇ ਆਰਟ ਹਿਸਟੋਰੀਅਨ ਨੇ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਅੱਜ ਸਾਡੇ ਨਾਲ ਡਾਕਟਰ ਅੰਜੂ ਬਾਲਾ ਜੀ ਨੇ ਉਹਨਾਂ ਦਾ ਮੈਂ ਤਾਰਫ ਕਰਾਵਾਂ ਅਤੇ ਇੱਕ ਅਕੈਡੈਮਿਕਸ ਦੇ ਨਾਲ ਜੁੜੇ ਹੋਏ ਨੇ ਆਰਟਿਸਟ ਨੇ ਆਰਟ ਹਿਸਟੋਰੀਅਨ ਨੇ ਆਰਟ ਕ੍ਰਿਟਿਕ ਨੇ ਰਾਈਟਰ ਨੇ ਟਰਾਂਸਲੇਟਰ ਨੇ ਔਰ ਇਸ ਤੋਂ ਵੱਖ ਜਿਹੜਾ ਹੈ ਉਹ ਬਹੁਤ ਸਾਰੀ ਸਕਾਲਰਸ਼ਿਪ ਉਹਨਾਂ ਦੇ ਨਾਂ ਹੋਈਆਂ ਔਰ ਇਹਦੇ ਤੋਂ ਅਲੈਦਾ ਜਾ ਕੇ ਉਹਨਾਂ ਨੇ ਮੁਖਤਲਿਫ ਰਿਸਰਚ ਜਰਨਲਸ ਦੇ ਵਿੱਚ ਬੜਾ ਅੱਛਾ ਕੰਮ ਕੀਤਾ ਰਿਵਿਊ ਕੀਤੀਆਂ ਕਾਫੀ ਸਾਰੀਆਂ ਆਰਟ ਐਗਜੀਬਿਸ਼ਨਸ ਔਰ ਅੱਜ ਕੱਲ੍ਹ ਜੇ ਗੱਲ ਕਰੀਏ ਤਾਂ ਅੱਜ ਕੱਲ੍ਹ ਉਹ ਪੜ੍ਹਾ ਰਹੇ ਨੇ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ ਚੰਡੀਗੜ੍ਹ ਦੇ ਵਿੱਚ ਔਰ ਹੈੱਡ ਆਫ ਦੀ ਡਿਪਾਰਟਮੈਂਟ ਨੇ ਉੱਥੇ ਫਾਈਨ ਆਰਟਸ ਡਿਪਾਰਟਮੈਂਟ ਦੇ ਔਰ ਅੱਜ ਉਹਨਾਂ ਦੀ ਬੜੀ ਮਿਹਰਬਾਨੀ ਕਿ ਉਹਨਾਂ ਅੱਜ ਟਾਈਮ ਦਿੱਤਾ ਸਾਡੇ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਨੂੰ ਅਤੇ ਅੱਜ ਉਹ ਸਾਡੇ ਨਾਲ ਪੰਜਾਬ ਦੀ ਗੱਲਬਾਤ ਸਾਂਝੀ ਕਰਨਗੇ ਅੱਜ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਮੈਂ ਉਹਨਾਂ ਨਾਲ ਰਿਕੁਐਸਟ ਕਰਾਂਗਾ ਕਿ ਉਹ ਆਉਣ ਜੀ ਡਾਕਟਰ ਸਾਹਿਬਾ ਜੀ ਆਇਆਂ ਨੂੰ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਕਿ ਤੁਸੀਂ ਅੱਜ ਆਏ ਔਰ ਸਾਡੇ ਇਸ ਆਰਕਾਈਵ ਦੇ ਵਿੱਚ ਆਰਟ ਦੇ ਹਵਾਲੇ ਨਾਲ ਇੱਕ ਖੂਬਸੂਰਤ ਇਜ਼ਾਫਾ ਜਿਹੜਾ ਖੂਬਸੂਰਤ ਇੱਕ ਵਾਧਾ ਹੋਣ ਜਾ ਰਿਹਾ ਸੋ ਹੁਣ ਸਕਰੀਨ ਡਾਕਟਰ ਸਾਹਿਬ ਤੁਹਾਡੇ ਕੋਲ ਅਸੀਂ ਤੁਹਾਡੀ ਗੱਲਬਾਤ ਤੋਂ ਬਾਅਦ ਕੋਈ ਸਵਾਲ ਔਰ ਕਮੈਂਟ ਦੇ ਨਾਲ ਹਾਜ਼ਰ ਹੋਵਾਂਗੇ ਜੀ ਥੈਂਕ ਯੂ ਪਹਿਲਾਂ ਤਾਂ ਮੈਂ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤੇ ਤੋਹੇ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਤੇ ਮੈਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਪੰਜਾਬੀ ਇਜ਼ ਨੋਟ ਮਾਈ ਫਸਟ ਲੈਂਗੁਏਜ ਬਟ ਆਈ ਵਿਲ ਟ੍ਰਾਈ ਮਾਈ ਲੈਵਲ ਬੈਸਟ ਕਿ ਮੈਂ ਪੰਜਾਬੀ ਵਿੱਚ ਆਪਣਾ ਲੈਕਚਰ ਡਿਲੀਵਰ ਕਰਾਂ ਤੇ ਜਿਵੇਂ ਕਿ ਮੇਰਾ ਟੌਪਿਕ ਹੈ ਪੰਜਾਬ ਆਰਟ 20ਵੀਂ ਸਦੀ ਦਾ ਤੇ ਇਸ ਤੋਂ ਪਹਿਲਾਂ ਜੇ ਆਪਾਂ 20ਵੀਂ ਸਦੀ ਤੋਂ ਪਹਿਲਾਂ ਆਪਾਂ ਪੰਜਾਬ ਆਰਟ ਨੂੰ ਦੇਖੀਏ ਤਾਂ 17ਵੀਂ 18ਵੀਂ 19ਵੀਂ ਸਦੀ ਤੋਂ ਮੈਂ ਗੱਲ ਕਰਾਂਗੀ ਜਿਹੜਾ ਮੱਧਕਾਲੀਨ ਪੰਜਾਬ ਹੈ ਉਸ ਵਿੱਚ ਪੰਜਾਬ ਵਿੱਚ ਪਹਾੜੀ ਆਰਟਿਸਟ ਦੀ ਅਤੇ ਆਰਟ ਦੀ ਡੋਮੀਨੇਸ਼ਨ ਹੁੰਦੀ ਹੈ ਇਸ ਟਾਈਮ ਮਿਨੀਏਚਰ ਪੇਂਟਿੰਗ ਜ਼ਿਆਦਾ ਹੋਈ ਹੈ ਜੋ ਕਿ ਉਸ ਟਾਈਮ ਦੇ ਕਲਾਕਾਰ ਅਤੇ ਕਲਾ ਸਾਰੇ ਹੀ ਰਾਜਨੀਤਿਕ ਅਤੇ ਸਮਾਜਿਕ ਹਾਲਤਾਂ ਉੱਤੇ ਨਿਰਭਰ ਹੁੰਦੇ ਸਨ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਰਿਆਸਤਾਂ ਦੇ ਹੁਕਮਰਾਨ ਨੇ ਸਬ ਕੋਂਟੀਨੈਂਟ ਦੇ ਦੂਜੇ ਰਾਜਿਆਂ ਅਤੇ ਸ਼ਹਿਨਸ਼ਾਹ ਦੀ ਕਾਰਜ ਸ਼ੈਲੀ ਨੂੰ ਦੇਖਦਿਆਂ ਹੋਇਆ ਉਹਨਾਂ ਨੂੰ ਅਪਣਾਉਂਦਿਆਂ ਆਮ ਪ੍ਰਸ਼ਾਸਨ ਸੁਰੱਖਿਆ ਪ੍ਰਬੰਧਾਂ ਨਿਆਂ ਦਾ ਵੰਡ
ਇਸ ਦੇ ਨਾਲ ਹੀ ਨਾਲ ਕਿਲ੍ਹਿਆਂ ਤੇ ਮਹਿਲਾਂ ਦੀ ਉਸਾਰੀ ਅਤੇ ਹੋਰ ਵੀ ਕਈ ਥਾਵਾਂ ਤੇ ਕਲਾ ਵਿੱਚ ਵੀ ਉਹਨਾਂ ਸਾਰਿਆਂ ਉਹੀ ਕਲਾ ਸ਼ੈਲੀ ਨੂੰ ਅਪਣਾਇਆ ਜਿਹੜੀ ਦੇਸ਼ ਵਿੱਚ ਬਾਕੀ ਥਾਵਾਂ ਤੇ ਚੱਲ ਰਹੀ ਸੀ। ਇਸੇ ਤਰ੍ਹਾਂ ਪੰਜਾਬ ਦੇ ਜਾਗੀਰ ਹਾਕਮਾਂ ਨੇ ਵੀ ਕਲਾਕਾਰਾਂ ਨੂੰ ਮਹਿਲਾਂ ਨੂੰ ਸਜਾਉਣਾ, ਉਹਨਾਂ ਦੀਆਂ ਤਸਵੀਰਾਂ ਬਣਾਉਣਾ, ਉਹਨਾਂ ਦੇ ਪਾਰਿਵਾਰਿਕ ਸਮਾਗਮਾਂ ਨੂੰ ਉਹਨਾਂ ਦੀ ਮਿਨੀਏਚਰ ਐਲਬਮ ਵਿੱਚ ਰਿਕਾਰਡ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹੋਏ ਸਨ। ਤੇ ਉਸ ਟਾਈਮ ਜੇ ਆਪਾਂ ਕਹੀਏ ਤਾਂ ਕਲਾਕਾਰ ਅਤੇ ਸਰਪ੍ਰਸਤਾਂ ਵਿੱਚ ਇੱਕ ਨਈ ਤਰ੍ਹਾਂ ਦਾ ਰਿਸ਼ਤਾ ਬਣ ਰਿਹਾ ਸੀ, ਕਿਉਂਕਿ ਕਲਾਕਾਰ ਜੋ ਹੈ ਉਹ ਸਰਪ੍ਰਸਤ ਤੇ ਪੂਰਾ ਪੂਰਾ ਨਿਰਭਰ ਕਰਦਾ ਸੀ ਆਪਣੀ ਰੋਜ਼ੀ ਰੋਟੀ ਲਈ ਤੇ ਆਪਣੇ ਕਲਾ ਨੂੰ ਬਣਾਉਣ ਦੇ ਲਈ। ਤੇ ਦੂਸਰੀ ਤਰਫ ਜੇ ਆਪਾਂ ਸਰਪ੍ਰਸਤ ਦੀ ਗੱਲ ਕਰੀਏ ਤੇ ਸਰਪ੍ਰਸਤਾਂ ਕੋਲ ਕੋਈ ਹੋਰ ਸੋਰਸ ਨਹੀਂ ਸੀ ਕਿ ਉਹ ਆਪਣੇ ਜਿਹੜੇ ਮੂਮੈਂਟਸ ਨੇ ਉਹਨਾਂ ਨੂੰ ਰਿਕਾਰਡ ਕਰਵਾਉਣ, ਤੇ ਇਸ ਲਈ ਉਹ ਵੀ ਹੌਲੀ ਸੌਲੀ ਕਲਾਕਾਰਾਂ ਉੱਤੇ ਹੀ ਨਿਰਭਰ ਕਰਦੇ ਹੁੰਦੇ ਸਨ। ਤੇ ਇਸ ਤਰ੍ਹਾਂ ਇੱਕ ਨਵਾਂ ਰਿਸ਼ਤਾ ਵੇਖਣ ਨੂੰ ਮਿਲਦਾ ਹੈ ਮੱਧਕਾਲੀਨ ਪੰਜਾਬ ਵਿੱਚ। ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮਾਂ ਵਿੱਚ ਬਹੁਤ ਸਾਰੇ ਕਲਾਕਾਰ ਗੁਲੇਰ, ਖਾਸ ਕਰ ਚਿੱਤਰਕਾਰ ਨੇ ਜਿਹੜੇ ਗੁਲੇਰ ਤੋਂ ਲਾਹੌਰ ਵਿੱਚ ਆ ਕੇ ਵੱਸ ਜਾਂਦੇ ਹਨ। ਇਹਨਾਂ ਵਿੱਚ ਗੋਕੁਲ, ਛੱਜੂ, ਹਰਕੂ, ਦਾਮੋਦਰ ਵਰਗੇ ਨਾਮ ਅਸੀਂ ਆਮ ਸੁਣ ਲੈਂਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵਿੱਚ ਇਹ ਉਹਨਾਂ ਦੇ ਸਰਪ੍ਰਸਤੀ ਲਈ ਕੰਮ ਕਰ ਰਹੇ ਹਨ, ਉਹਨਾਂ ਦੀ ਸਰਪ੍ਰਸਤੀ ਵਿੱਚ ਕੰਮ ਕਰ ਰਹੇ ਹਨ। ਤੇ ਇਸ ਤੋਂ ਬਾਅਦ ਜਦੋਂ ਯੂਰੋਪੀਅਨ ਬਰਤਾਨਵੀ ਦਾ ਬਰਤਾਨੀਆ ਸਮਰਾਜ ਦਾ ਜਦੋਂ ਪੰਜਾਬ ਉੱਤੇ ਓਵਰਟੇਕ ਹੁੰਦਾ ਹੈ, ਜਦੋਂ ਕਬਜ਼ਾ ਕਰ ਲੈਂਦੇ ਹਨ ਪੰਜਾਬ ਤੇ, ਇੱਕ ਨਈ ਸ਼ੈਲੀ ਦਾ ਜਨਮ ਹੁੰਦਾ ਹੈ ਤੇ ਦੇਖਣ ਨੂੰ ਮਿਲਦਾ ਹੈ, ਕਿਉਂਕਿ ਉਸ ਟਾਈਮ ਉਹਨਾਂ ਦੇ ਜਿਹੜੇ ਯੂਰੋਪੀਅਨ ਆਰਟਿਸਟ ਨੇ, ਖਾਸ ਕਰ ਬਰਤਾਨਵੀ ਆਰਟਿਸਟ, ਉਹ ਪੰਜਾਬ ਵਿੱਚ ਆਉਂਦੇ ਹਨ, ਨਾ ਸਿਰਫ ਇੱਥੇ ਘੁੰਮਣ ਲਈ ਬਲਕਿ ਇੱਥੇ ਦਾ ਕੰਮ ਵੀ ਵੇਖਦੇ ਹਨ, ਤੇ ਜਿਹੜੇ ਸਥਾਨਕ ਕਲਾਕਾਰ ਨੇ ਉਹ ਉਹਨਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਤੇ ਬਰਤਾਨਵੀ ਆਰਟਿਸਟ ਦੇ ਨਾਲ, ਬਰਤਾਨਵੀ ਕਲਾਕਾਰਾਂ ਦੇ ਨਾਲ ਇੱਕ ਨਵਾਂ ਮੀਡੀਅਮ, ਇੱਕ ਨਵਾਂ ਐਕਸਪ੍ਰੈਸ਼ਨ ਵੀ ਭਾਰਤ ਵਿੱਚ ਆ ਰਿਹਾ ਹੈ, ਜੋ ਕਿ ਇੱਕ ਆਇਲ ਪੇਂਟਿੰਗ ਅਤੇ ਰਿਅਲਿਜ਼ਮ, ਜਿਹਨੂੰ ਕਿ ਅਸੀਂ ਯਥਾਰਥਵਾਦ ਕਹਿੰਦੇ ਹਨ, ਉਸ ਨੂੰ ਇਹਨਾਂ ਨੇ ਬਹੁਤ ਜ਼ਿਆਦਾ ਪ੍ਰਮੋਟ ਕੀਤਾ। 19ਵੀਂ ਸਦੀ ਦੇ ਆਰੰਭ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਬਰਤਾਨੀਆ ਦੇ ਸਮਾਜਿਕ, ਰਾਜਨੀਤਿਕ, ਸੰਸਕ੍ਰਿਤਿਕ, ਸੱਭਿਆਚਾਰਿਕ ਇਹਨਾਂ ਸਾਰੇ ਹੀ ਸਟ੍ਰੀਮਸ ਤੇ ਇੱਕ ਖਾਸਾ ਅਸਰ ਪੈਂਦਾ ਹੈ, ਜੋ ਕਿ ਨਾ ਸਿਰਫ ਜਿਵੇਂ ਕਿ ਆਪਾਂ ਕਹੀਏ ਵਪਾਰਕ ਅਤੇ ਰਾਜਨੀਤਿਕ ਕੇਂਦਰ ਸਨ ਮਦਰਾਸ, ਕਲਕੱਤਾ ਅਤੇ ਬੰਬੇ, ਤੇ ਇਹਨਾਂ ਵਿੱਚ ਹੀ ਇਹਨਾਂ ਨੇ ਆਪਣੇ ਮੇਜਰ ਕੋਲੋਨੀਅਲ ਸਿਟੀਜ਼ ਨੂੰ ਸ਼ੁਰੂਆਤ ਇਹਨਾਂ ਦੀ ਇੱਥੋਂ ਹੁੰਦੀ ਹੈ। ਤੇ ਈਸਟ ਇੰਡੀਆ ਕੰਪਨੀ ਵਰਗੇ ਨਵੇਂ ਸਰਪ੍ਰਸਤ ਲਈ ਇੱਕ ਨਵੀਂ ਕਿਸਮ ਦੀ ਆਰਟ ਦੀ ਜ਼ਰੂਰਤ ਪੈਂਦੀ ਹੈ, ਜੋ ਕਿ ਡੈਕੋਰੇਟਿਵ ਆਇਲ ਪੇਂਟਿੰਗ ਅਤੇ ਪੋਰਟਰੇਚਰ ਵਰਗੀ ਨਈ ਸਟ੍ਰੀਮਸ ਆ ਰਹੀਆਂ ਸਨ। ਇਸ ਲਈ ਬ੍ਰਿਟਿਸ਼ ਬਰਤਾਨਵੀ ਚਿੱਤਰਕਾਰ ਅਤੇ ਪੋਰਟਰੇਟ ਆਰਟਿਸਟ ਭਾਰਤ ਆ ਰਹੇ ਸਨ, ਵੱਧ ਤੋਂ ਵੱਧ ਭਾਰਤ ਆਏ, ਜਿਨ੍ਹਾਂ ਵਿੱਚ ਟਿਲੀ ਕੈਟਲ, ਜਾਰਜ ਵਿਲਸਨ, ਥੋਮਸ ਹਿੱਕੀ, ਜਾਰਜ ਜੋਫਨੀ, ਵਿਲੀਅਮ ਡੇਵਿਸ ਵਰਗੇ ਚਿੱਤਰਕਾਰ ਸਨ, ਜੋ ਕਿ ਰਿਅਲਿਜ਼ਮ ਦੇ ਨਾਲ ਨਾਲ ਆਇਲ ਪੇਂਟਿੰਗ ਦੇ ਵੀ ਐਕਸਪਰਟ ਸਨ। ਇਹਨਾਂ ਦੇ ਕੰਮ ਦੀ ਭਾਰਤੀ ਚਿੱਤਰਕਾਰਾਂ ਦੇ ਉੱਤੇ ਖਾਸਾ ਪ੍ਰਭਾਵ ਪੈਂਦਾ ਹੈ। ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਬ੍ਰਿਟਿਸ਼ ਰਾਜ ਵਿੱਚ ਨਾ ਕੇਵਲ ਰਾਜਨੀਤਿਕ ਤਬਦੀਲੀਆਂ ਹੋਈਆਂ, ਸਗੋਂ ਸੱਭਿਆਵਰੀਨ ਕਲਾਕਾਰ ਅਤੇ ਸੱਭਿਆਚਾਰ ਵਿੱਚ ਵੀ ਬਦਲਾਵ ਆਉਂਦਾ ਹੈ ਅਤੇ ਇੱਕ ਨਵੀਂ ਧਾਰਨਾ ਨੂੰ ਪੇਸ਼ ਕੀਤਾ ਗਿਆ। ਇੱਥੇ ਦੇ ਸਥਾਨਕ ਕਲਾਕਾਰਾਂ ਨੂੰ ਬਰਤਾਨੀਆ ਸਰਕਾਰ ਨੇ ਦੇਖਿਆ ਕਿ ਸਥਾਨਕ ਕਲਾਕਾਰ ਨੂੰ ਕਲਾ ਦੀ ਸਾਇੰਟਿਫਿਕ ਨੌਲੇਜ ਨਹੀਂ ਹੈ, ਉਹਨਾਂ ਨੂੰ ਉਸਦੀ ਵਿਗਿਆਨਿਕ ਜਾਣਕਾਰੀ ਦੀ ਘਾਟ ਹੋਣ ਕਰਕੇ ਉਹ ਚੀਜ਼ ਨਹੀਂ ਬਣਾ ਪਾ ਰਹੇ ਹਨ ਜੋ ਕਿ ਉਹਨਾਂ ਬਰਤਾਨੀਆ ਸਰਕਾਰ ਨੂੰ ਚਾਹੀਦੀ ਸੀ। ਇਸ ਕਰਕੇ ਇਹਨਾਂ ਨੂੰ ਟ੍ਰੇਨ ਕਰਨ ਲਈ, ਇਹਨਾਂ ਨੂੰ ਔਪਚਾਰਿਕ ਸਿਖਲਾਈ ਦੇਣ ਲਈ ਭਾਰਤ ਵਿੱਚ ਆਰਟ ਸਕੂਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, 20ਵੀਂ ਸਦੀ ਦੀ ਪੰਜਾਬ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਦੋ ਮੁੱਖ ਭਾਗ ਆ ਜਾਂਦੇ ਹਨ। ਪਹਿਲਾ ਹੈ ਆਰਟ ਸਕੂਲ ਦੀ ਸਥਾਪਨਾ ਤੇ ਦੂਜਾ ਹੈ ਫਾਰਮਲ ਆਰਟ ਸੋਸਾਇਟੀਜ਼ ਅਤੇ ਗਰੁੱਪਸ ਦੀ ਸਥਾਪਨਾ। ਤੇ ਮੈਂ ਸਭ ਤੋਂ ਪਹਿਲਾਂ ਆਰਟ ਸਕੂਲ ਦੇ ਨਾਲ ਸ਼ੁਰੂ ਕਰਾਂਗੀ, ਕਿਉਂਕਿ ਆਰਟ ਸਕੂਲ ਦਾ ਬਹੁਤ ਮਹੱਤਵਪੂਰਨ ਰੋਲ ਹੁੰਦਾ ਹੈ, ਭੂਮਿਕਾ ਹੁੰਦੀ ਹੈ ਕਿਸੇ ਵੀ ਥਾਂ ਦੇ ਵਿਦਿਆਰਥੀਆਂ ਨੂੰ ਟ੍ਰੇਨ ਕਰਨ ਲਈ ਤੇ ਉਸ ਤੋਂ ਬਾਅਦ ਇੱਕ ਨਵੀਂ ਜਨਰੇਸ਼ਨ ਨੂੰ ਕ੍ਰੀਏਟ ਕਰਨ ਲਈ, ਜੋ ਕਿ ਅੱਗੇ ਚੱਲ ਕੇ ਆਰਟ ਸੋਸਾਇਟੀਜ਼ ਅਤੇ ਗਰੁੱਪਸ ਦੇ ਨਾਲ ਜੁੜਦੇ ਹਨ ਅਤੇ ਉਹਨਾਂ ਦਾ ਉਸਾਰੂ ਕੰਮ ਚੱਲ ਰਿਹਾ ਹੈ ਇਹਨਾਂ ਆਰਟ ਸੋਸਾਇਟੀਜ਼ ਅਤੇ ਗਰੁੱਪਸ ਦੇ ਨਾਲ। ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਰਟ ਸਕੂਲ ਦੀ ਤਾਂ ਪੰਜਾਬ ਵਿੱਚ ਮੇਓ ਸਕੂਲ ਆਫ ਆਰਟ ਲਾਹੌਰ ਵਿੱਚ 1875 ਵਿੱਚ ਬਣਾਇਆ ਜਾ ਰਿਹਾ ਹੈ,
ਜੋ ਕਿ ਬਣਾਇਆ ਗਿਆ, ਜੋ ਕਿ ਲਾਰਡ ਮੇਯੋ ਨੂੰ ਡੈਡੀਕੇਟ ਕੀਤਾ ਗਿਆ ਸੀ। ਉਹਨਾਂ ਉਸ ਟਾਈਮ ਵਾਇਸਰਾਏ ਤੇ ਗਵਰਨਰ ਜਨਰਲ ਸਨ। ਜੌਨ ਲੌਕਵੁੱਡ ਕਿਪਲਿੰਗ ਇਸ ਦੇ ਪਹਿਲੇ ਪ੍ਰਿੰਸੀਪਲ ਬਣਦੇ ਹਨ। ਤੇ ਇਸ ਸਕੂਲ ਦਾ ਮੁੱਖ ਉਦੇਸ਼ ਜੇ ਆਪਾਂ ਕਹੀਏ ਤਾਂ ਫਿਰ ਉਹੀ ਆ ਜਾਂਦਾ ਹੈ ਕਿ ਇਸ ਸਕੂਲ ਦਾ ਮੁੱਖ ਉਦੇਸ਼ ਸਥਾਨਕ ਕਾਰੀਗਰਾਂ ਨੂੰ ਡਰਾਇੰਗ, ਡਿਜ਼ਾਈਨ ਅਤੇ ਪੇਂਟਿੰਗ ਵਿੱਚ ਟ੍ਰੇਨਿੰਗ ਦੇਣਾ ਹੀ ਨਹੀਂ, ਬਲਕਿ ਉਹਨਾਂ ਨੂੰ ਡੈਕੋਰੇਟਿਵ ਅਤੇ ਅਪਲਾਈਡ ਆਰਟ ਵਿੱਚ ਵੀ ਪ੍ਰਮੋਟ ਕਰਨਾ ਸੀ। ਇਸ ਕਾਲਜ ਵਿੱਚ ਜੇ ਮੀਆਂ ਇਨਾਇਤੁੱਲਾ, ਅਬਦੁਲ ਰਹਿਮਾਨ ਚੁਗਤਈ ਅਤੇ ਬੀਸੀ ਸਾਨਿਆਲ ਵਰਗੇ ਆਰਟਿਸਟ ਨੇ ਐਜ਼ ਅ ਫੈਕਲਟੀ ਜੁਆਇਨ ਕੀਤਾ ਅਤੇ ਬੱਚਿਆਂ ਉੱਤੇ ਕਾਫੀ ਪ੍ਰਭਾਵ ਪਾਇਆ। ਉਸ ਟਾਈਮ ਇੱਕ ਕ੍ਰੀਏਟਿਵ ਮਾਹੌਲ ਕ੍ਰੀਏਟ ਕੀਤਾ ਕਿ ਬੱਚਿਆਂ ਨੂੰ ਇੱਕ ਐਟਮੋਸਫੇਰਿਕ ਆਰਟਿਸਟਿਕ ਐਟਮੋਸਫੇਅਰ ਦਿੱਤਾ ਗਿਆ। ਇਹਨਾਂ ਵਿੱਚ ਬੀਸੀ ਸਾਨਿਆਲ ਨੇ 1929 ਵਿੱਚ ਮੇਓ ਕਾਲਜ ਨੂੰ ਜੁਆਇਨ ਕੀਤਾ ਸੀ ਅਤੇ ਵਿਦਿਆਰਥੀਆਂ ਦੀ ਕਲਾਤਮਕ ਗੁਣਤਾ ਨੂੰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਉਹਨਾਂ ਨੇ। ਪਰ 1936 ਵਿੱਚ ਉਹ ਇਸ ਸੰਸਥਾ ਨੂੰ ਛੱਡ ਕੇ ਚਲੇ ਜਾਂਦੇ ਹਨ ਅਤੇ ਲਾਹੌਰ ਸਕੂਲ ਆਫ ਫਾਈਨ ਆਰਟਸ ਦੀ ਸਥਾਪਨਾ ਕਰਦੇ ਹਨ। ਇਸ ਦੇ ਬਾਰੇ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਜਦੋਂ ਆਪਾਂ ਆਰਟ ਸੁਸਾਇਟੀਜ਼ ਅਤੇ ਗਰੁੱਪਸ ਦੀ ਗੱਲ ਕਰਾਂਗੇ। 1947 ਵਿੱਚ ਵੰਡ ਤੋਂ ਬਾਅਦ ਮੇਯੋ ਸਕੂਲ ਆਫ ਆਰਟ ਵੈਸਟ ਪੰਜਾਬ ਵਿੱਚ ਰਹਿ ਗਿਆ ਅਤੇ ਹੁਣ ਉਸਨੂੰ ਨੈਸ਼ਨਲ ਕਾਲਜ ਆਫ ਆਰਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੇਸ਼ ਦੀ ਵੰਡ ਦੇ ਨਾਲ ਹੀ ਜੇ ਆਪਾਂ ਕਹੀਏ ਇਸ ਪੰਜਾਬ ਵਿੱਚ ਕਲਾਤਮਕ ਸਰਗਰਮੀਆਂ ਕੁਛ ਦੇਰ ਲਈ ਹੌਲੀ ਹੋ ਗਈਆਂ ਸਨ, ਰੁਕ ਗਈਆਂ ਸਨ, ਪਰ ਇਹਨਾਂ ਆਰਟ ਐਕਟੀਵਿਟੀਜ਼ ਨੂੰ ਇਨ ਪ੍ਰਮੋਟ ਕਰਨ ਲਈ ਸ਼ਿਮਲਾ ਵਿੱਚ 1951 ਵਿੱਚ SL ਪਰਾਸ਼ਰ ਜੀ, ਸਰਦਾਰੀ ਲਾਲ ਪਰਾਸ਼ਰ ਜੀ ਦਾ ਦੇ ਉਪਰਾਲੇ ਹੇਠ ਸਕੂਲ ਆਫ ਆਰਟ ਦੀ ਸਥਾਪਨਾ ਕੀਤੀ ਜਾਂਦੀ ਹੈ, ਜੋ ਕਿ ਮੇਓ ਸਕੂਲ ਆਫ ਆਰਟ ਦੇ ਪੈਟਰਨ ਨੂੰ ਹੀ ਫੋਲੋ ਕਰਦਾ ਹੋਇਆ ਬਣਾਇਆ ਗਿਆ ਸੀ। ਕਿਉਂਕਿ ਸਰਦਾਰੀ ਲਾਲ ਪਰਾਸ਼ਰ ਜੀ ਮੇਓ ਸਕੂਲ ਆਫ ਆਰਟ ਲਾਹੌਰ ਵਿੱਚ ਵਾਈਸ ਪ੍ਰਿੰਸੀਪਲ ਰਹਿ ਚੁੱਕੇ ਸਨ ਅਤੇ ਉਹ ਇਸ ਸਕੂਲ ਦੇ ਫਾਊਂਡਰ ਪ੍ਰਿੰਸੀਪਲ ਬਣਦੇ ਹਨ। ਇਹ ਸਕੂਲ ਆਮ ਜਨਤਾ ਨੂੰ ਆਰਟ ਪ੍ਰਤੀ ਜਾਗਰੂਕ ਕਰਨ ਲਈ ਅਤੇ ਆਰਟ ਦਾ ਲੈਵਲ ਵਧਾਉਣ ਲਈ ਕਾਫੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ ਤੇ ਇਸ ਸਕੂਲ ਦਾ ਮੁੱਖ ਮੰਤਵ ਵੀ ਇਹੀ ਸੀ ਕਿ ਲੋਕਲ ਬੱਚਿਆਂ ਨੂੰ ਤੇ ਸਥਾਨਕ ਲੋਕਾਂ ਵਿੱਚ ਇੱਕ ਆਰਟ ਲਈ ਇੱਕ ਪੈਸ਼ਨ ਨੂੰ ਕ੍ਰੀਏਟ ਕੀਤਾ ਜਾਵੇ, ਉਹਨਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਵਿੱਚ ਬਲਦੇਵ ਰਾਜ ਰਤਨ, ਸੁਨਿਰਮਲ ਚੈਟਰਜੀ, AC ਗੌਤਮ, ਪ੍ਰਾਣਨਾਥ ਮਾਗੋ, ਕਵਲ ਨੈਨ ਕੁਆਤਰਾ, ਸੁਜਾਨ ਸਿੰਘ ਵਰਗੇ ਆਰਟਿਸਟ, ਵਰਗੇ ਮਹਾਨ ਆਰਟਿਸਟ ਜਿਹੜੇ ਆਪਣੇ ਟਾਈਮ ਦੇ ਸਨ ਤੇ ਇਸ ਸਕੂਲ ਵਿੱਚ ਫੈਕਲਟੀ ਦੇ ਤੌਰ ਤੇ ਜੁਆਇਨ ਕਰਦੇ ਹਨ ਅਤੇ ਬੱਚਿਆਂ ਨੂੰ ਟ੍ਰੇਨ ਕਰਦੇ ਹਨ। ਇਹਨਾਂ ਬੱਚਿਆਂ ਵਿੱਚ ਜੇ ਆਪਾਂ ਇਸੇ ਫਸਟ ਬੈਚ ਦੀ ਗੱਲ ਕਰੀਏ, ਸੋਹਨ ਕਾਦਰੀ, ਸ਼ਿਵ ਸਿੰਘ ਜੀ, ਇਕਬਾਲ ਸਿੰਘ, ਸੋਹਨ ਲਾਲ ਦੀਵਾਨ ਇਸਦੇ ਫਸਟ ਬੈਚ ਦੇ ਬੱਚੇ ਸਨ, ਜੋ ਕਿ ਅੱਗੇ ਚੱਲ ਕੇ ਆਰਟ ਵਿੱਚ ਇਹਨਾਂ ਨੇ ਆਪਣਾ ਕਾਫੀ ਕੰਟਰੀਬਿਊਸ਼ਨ ਦਿੱਤਾ ਅਤੇ ਇਹਨਾਂ ਨੇ ਕਾਫੀ ਨਾਮ ਕਮਾਇਆ, ਨਾ ਸਿਰਫ ਆਪਣੇ ਸਟੇਟ ਲਈ ਬਲਕਿ ਪੂਰੇ ਦੇਸ਼ ਵਿੱਚ ਇਹ ਪਾਪੂਲਰ ਹਨ, ਵਿਖਿਆਤ ਹਨ ਇਸ ਟਾਈਮ। ਉਸ ਤੋਂ ਬਾਅਦ 1962 ਵਿੱਚ ਇਸ ਸਕੂਲ ਨੂੰ ਸ਼ਿਮਲਾ ਤੋਂ ਚੰਡੀਗੜ੍ਹ ਵਿੱਚ ਸ਼ਿਫਟ ਕੀਤਾ ਗਿਆ ਤੇ ਇਹ ਸਾਰਾ ਉਪਰਾਲਾ ਮਹਿੰਦਰ ਸਿੰਘ ਰੰਧਾਵਾ ਜੀ ਦੁਆਰਾ ਕੀਤਾ ਗਿਆ ਸੀ, ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਬੱਚੇ ਪਹਾੜੀ ਏਰੀਆ ਵਿੱਚ ਰਹਿਣ ਲਈ ਆਪਣੇ ਆਪ ਨੂੰ ਕੰਫਰਟੇਬਲ ਨਹੀਂ ਫੀਲ ਕਰ ਰਹੇ ਸਨ ਤੇ ਘਰ ਤੋਂ ਦੂਰ ਰਹਿਣਾ ਉਹਨਾਂ ਲਈ ਮੁਸ਼ਕਿਲ ਹੋ ਰਿਹਾ ਸੀ। ਤੇ ਮੈਂ ਇੱਕ ਬੜੀ ਇੰਟਰਸਟਿੰਗ ਜੀ ਗੱਲ ਦੱਸਣਾ ਚਾਹਾਂਗੀ ਕਿ ਇਹ ਸਾਰੀ ਇਨਫੋਰਮੇਸ਼ਨ ਮੈਨੂੰ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਦੇ ਲਾਇਬ੍ਰੇਰੀ ਵਿੱਚ MS ਰੰਧਾਵਾ ਆਰਕਾਈਵ ਤੋਂ ਮਿਲਦੀ ਹੈ, ਜਿਹਦੇ ਵਿੱਚ ਉਹਨਾਂ ਨੇ ਮਹਿੰਦਰ ਸਿੰਘ ਰੰਧਾਵਾ ਜੀ ਨੇ ਆਪਣੀ ਸਾਰੀ ਚਿੱਠੀ ਪੱਤਰ ਨੂੰ ਸਾਂਭ ਕੇ ਉਹਨਾਂ ਦੀ ਡਾਕੂਮੈਂਟੇਸ਼ਨ ਬਾਕਾਇਦਾ ਕੀਤੀ ਹੈ ਤੇ ਲਾਇਬ੍ਰੇਰੀ ਦੇ ਮੈਂਬਰਸ ਨੇ ਤੇ ਇੰਚਾਰਜ ਨੇ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ, ਸੁਚੱਜੇ ਢੰਗ ਨਾਲ ਫਾਈਲਾਂ ਵਿੱਚ ਫਾਈਲ ਅਪ ਕਰਕੇ ਈਅਰ ਵਾਈਜ਼, ਡੇਟ ਵਾਈਜ਼ ਇਹਨਾਂ ਨੂੰ ਰੱਖਿਆ ਹੋਇਆ ਹੈ, ਜੋ ਕਿ ਸਾਡੇ ਵਰਗੇ ਸਕਾਲਰਸ ਨੂੰ ਰਿਸਰਚ ਦੇ ਦੌਰਾਨ ਬਹੁਤ ਹੈਲਪਫੁਲ ਹੁੰਦੇ ਹਨ ਤੇ ਸਾਨੂੰ ਇਨਫੋਰਮੇਸ਼ਨ ਲੱਭਣ ਲਈ, ਜਿਹੜੀ ਪ੍ਰਾਇਮਰੀ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਲਈ ਇਹ ਬਹੁਤ ਵੱਡਾ ਸੋਰਸ ਬਣਦੇ ਹਨ, ਰੈਫਰੈਂਸ ਬਣਦੇ ਹਨ। ਪਹਿਲਾਂ ਇਸ ਜਦੋਂ ਇਹ ਸਕੂਲ ਚੰਡੀਗੜ੍ਹ ਵਿੱਚ ਆਉਂਦਾ ਹੈ ਤਾਂ ਇਸਦਾ ਨਾਮ ਗਵਰਨਮੈਂਟ ਸਕੂਲ ਆਫ ਆਰਟ ਪੰਜਾਬ ਰੱਖਿਆ ਗਿਆ ਹੈ, ਕਿਉਂਕਿ ਇਹ ਜਦੋਂ ਆਪਾਂ ਸੁਸ਼ੀਲ ਸਰਕਾਰ ਜੀ ਦੀ ਚਿੱਠੀਆਂ ਵੇਖਦੇ ਹਨ
ਕਿ ਜਦੋਂ ਮਿਸ ਐਮਰ ਵੈਦ ਜੀ ਜੋ ਕਿ ਡਿਪਟੀ ਸੈਕਟਰੀ ਸਨ 1966 ਵਿੱਚ, ਉਹਨਾਂ ਨੇ ਸੁਸ਼ੀਲ ਸਰਕਾਰ ਦੀ ਵਿੱਚ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਸਕੂਲ ਦਾ ਨਾਮ ਗਵਰਨਮੈਂਟ ਸਕੂਲ ਆਫ ਆਰਟ ਪੰਜਾਬ ਰੱਖਿਆ ਹੈ। ਪਰ ਕੁਝ ਸਮਾਂ ਬਾਅਦ ਇਸ ਸਕੂਲ ਦਾ ਨਾਮ ਗਵਰਨਮੈਂਟ ਸਕੂਲ ਆਫ ਆਰਟਸ ਪੰਜਾਬ ਦੇ ਨਾਂ ਤੋਂ ਬਦਲ ਕੇ ਕਾਲਜ ਆਫ ਆਰਟ ਐਂਡ ਕ੍ਰਾਫਟ ਚੰਡੀਗੜ੍ਹ ਰੱਖਿਆ ਗਿਆ, ਕਿਉਂਕਿ ਉਸ ਟਾਈਮ ਬਹੁਤ ਸਾਰੇ ਸੰਸਥਾਵਾਂ ਦਾ ਨਾਂ ਗਵਰਨਮੈਂਟ ਕਾਲਜ ਆਫ ਆਰਟ ਨਿਊ ਦਿੱਲੀ, ਗਵਰਨਮੈਂਟ ਕਾਲਜ ਆਫ ਆਰਟ ਐਂਡ ਕ੍ਰਾਫਟ ਲਖਨਊ, ਗਵਰਨਮੈਂਟ ਕਾਲਜ ਆਫ ਆਰਟ ਕੋਲਕਾਤਾ, ਇਹੋ ਜਿਹੇ ਨਾਮ ਰੱਖੇ ਜਾਂਦੇ ਸਨ, ਕਿਉਂਕਿ ਇਸ ਸਕੂਲ ਪੋਸਟ ਮੈਟ੍ਰਿਕ ਵਿਦਿਆਰਥੀਆਂ ਲਈ ਸੀ, ਇਸ ਕਰਕੇ ਕਾਲਜ ਵਰਡ ਪ੍ਰੈਫਰ ਕੀਤਾ ਗਿਆ। ਪਰ 1978 ਵਿੱਚ ਇਸ ਕਾਲਜ ਦਾ ਨਾਮ ਪੱਕੇ ਤੌਰ ਤੇ ਰੱਖਿਆ ਗਿਆ ਗਵਰਨਮੈਂਟ ਕਾਲਜ ਆਫ ਆਰਟ, ਤੇ ਅੱਜ ਵੀ ਇਹ ਗਵਰਨਮੈਂਟ ਕਾਲਜ ਆਫ ਆਰਟ ਜਾਂ GCA ਕਾਲਜ, GCA ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਤੇ ਇਸ ਸਕੂਲ ਦੇ ਜਾਂ ਕਾਲਜ ਦੇ ਜਿਹੜੇ ਪ੍ਰੋਡਕਟ ਨੇ, ਵੇਦ ਪ੍ਰਕਾਸ਼ ਗਈ, ਰਾਜ ਕੁਮਾਰ, RC ਸਿੰਗਲਾ, ਪ੍ਰੇਮ ਸਿੰਘ, ਸੁਰਿੰਦਰ ਸ਼ਰਮਾ, HS ਕੋਲਰ, ਜਗਦੀਸ਼ ਅਹੂਜਾ, ਇੰਦਰਜੀਤ ਗੁਪਤਾ, ਮਦਨ ਲਾਲ ਜੀ, ਜੋ ਕਿ ਨਾ ਸਿਰਫ ਇਹਨਾਂ ਦੇ ਵਿਦਿਆਰਥੀ ਰਹੇ ਬਲਕਿ ਅੱਗੇ ਚੱਲ ਕੇ ਉਹ ਅਧਿਆਪਕ ਵੀ ਬਣਦੇ ਹਨ। ਅਤੇ ਇਹਨਾਂ ਵਿੱਚ ਮੈਂ ਸ਼੍ਰੀ ਪ੍ਰੇਮ ਸਿੰਘ ਸਰ ਜੀ ਦਾ, ਜੋ ਕਿ ਇਸ ਟਾਈਮ ਇੱਕ ਐਮੀਨੈਂਟ ਆਰਟਿਸਟ ਨੇ, ਉਹਨਾਂ ਨੇ 1996 ਵਿੱਚ ਇਸ ਨੂੰ ਇਸਨੂੰ ਕਾਲਜ ਦੇ ਪ੍ਰਿੰਸੀਪਲ ਦੇ ਤੌਰ ਤੇ ਜੁਆਇਨ ਕੀਤਾ। ਨੌਨਿਕਾ ਸਿੰਘ ਨਾਲ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਨੌਨਿਕਾ ਸਿੰਘ ਨਾਲ ਜਿਹੜਾ ਇੱਕ ਇੰਟਰਵਿਊ ਹੁੰਦਾ ਹੈ ਉਹ ਛਪਦਾ ਹੈ ਦ ਟ੍ਰਿਬਿਊਨ ਵਿੱਚ, ਤੇ ਉਹਦੇ ਵਿੱਚ ਨਰਸਰੀ ਆਫ ਆਰਟ ਦੇ ਨਾਂ ਦੇ ਨਾਲ ਆਰਟੀਕਲ ਦੇ ਨਾਲ ਪ੍ਰੇਮ ਸਿੰਘ ਜੀ ਕਹਿੰਦੇ ਹਨ ਕਿ ਗਵਰਨਮੈਂਟ ਕਾਲਜ ਆਫ ਆਰਟ ਵਿੱਚ ਉਹਨਾਂ ਨੇ ਟੀਚਰ ਦੇ ਤੌਰ ਤੇ 34 ਸਾਲ ਆਪਣੀ ਐਸੋਸੀਏਸ਼ਨ ਨੂੰ ਨਿਭਾਇਆ ਹੈ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਉਤਸ਼ਾਹਿਤ ਕਰਨ ਵਿੱਚ ਕਾਫੀ ਅਹਿਮ ਭੂਮਿਕਾ ਉਹਨਾਂ ਦੀ ਹੈ। ਫਿਰ ਉਸ ਤੋਂ ਬਾਅਦ ਪ੍ਰੇਮ ਸਿੰਘ ਸਰ ਜੀ ਤੋਂ ਬਾਅਦ ਬ੍ਰਹਮ ਪ੍ਰਕਾਸ਼ ਜੀ 2001 ਵਿੱਚ, ਅਰਚਨਾ ਸ਼ਾਸਤਰੀ, DS ਕਪੂਰ ਜੀ, ਮਨੋਹਰ ਲਾਲ, ਸੁਰਿੰਦਰ ਸਿੰਘ ਦਹੀਆ, ਕੈਪਟਨ ਕਰਨਲ ਸਿੰਘ ਵਰਗੇ ਐਕਟਿੰਗ ਪ੍ਰਿੰਸੀਪਲ ਆਉਂਦੇ ਹਨ। ਬਟ ਇਹ ਸਾਰੇ ਹੀ ਪ੍ਰਿੰਸੀਪਲਸ ਇਸ ਮਹਾਵਿਦਿਆਲੇ ਦੀ ਤਰੱਕੀ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਕੇ ਬੱਚਿਆਂ ਨੂੰ ਆਰਟ ਦੇ ਲਈ ਉਤਸ਼ਾਹਿਤ ਕਰਦੇ ਹਨ, ਤੇ ਨਾ ਸਿਰਫ ਬੱਚੇ ਬਲਕਿ ਅਧਿਆਪਕ ਵੀ ਬਹੁਤ ਹੀ ਉਤਸ਼ਾਹ ਨਾਲ ਸ਼ਹਿਰ ਵਿੱਚ ਹੋ ਰਹੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ, ਜਿਵੇਂ ਵਰਕਸ਼ਾਪ ਜਾਂ ਆਰਟ ਐਗਜੀਬਿਸ਼ਨ ਇਹਨਾਂ ਵਿੱਚ। ਉਸ ਤੋਂ ਬਾਅਦ ਪ੍ਰਿੰਸੀਪਲ DS ਕਪੂਰ ਈਸ਼ਵਰ ਦਿਆਲ ਜੀ ਨਾਲ ਮਿਲ ਕੇ ਕਲਾ ਮੈਤਰੀ ਨਾਂ ਦੇ ਇੱਕ ਐਲੂਮਨਾਈ ਐਸੋਸੀਏਸ਼ਨ ਬਣਾਉਂਦੇ ਹਨ ਜੋ ਕਿ 2006 ਵਿੱਚ ਬਣੀ, ਅਤੇ ਇਸ ਐਸੋਸੀਏਸ਼ਨ ਵਿੱਚ ਨਾ ਸਿਰਫ ਗਵਰਨਮੈਂਟ ਕਾਲਜ ਆਫ ਆਰਟ ਦੇ ਐਲੂਮਨਾਈ ਆਉਂਦੇ ਹਨ ਬਲਕਿ ਮੇਓ ਸਕੂਲ ਆਫ ਆਰਟ ਲਾਹੌਰ ਅਤੇ ਗਵਰਨਮੈਂਟ ਸਕੂਲ ਆਫ ਆਰਟ ਐਂਡ ਕ੍ਰਾਫਟ ਸ਼ਿਮਲਾ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਇਸ ਨਾਲ ਜੁੜੇ। ਤੇ ਇਸਨੇ ਕਾਫੀ ਸਾਰੇ ਐਕਟੀਵਿਟੀਜ਼ ਕਰਵਾਈਆਂ, ਐਗਜੀਬਿਸ਼ਨ, ਵਰਕਸ਼ਾਪਸ, ਜੋ ਕਿ ਆਮ ਲੋਕਾਂ ਨੂੰ ਉਸ ਟਾਈਮ ਦੇ ਆਰਟ ਸਿਨੈਰੀਓ ਨਾਲ ਜੋੜਦੀ ਹੈ। ਇਸ ਕਾਲਜ ਕੁਝ ਖਾਸ ਵਿਦਿਆਰਥੀਆਂ ਦਾ ਨਾਮ ਮੈਂ ਲੈਣਾ ਚਾਹਾਂਗੀ ਜੋ ਕਿ ਬਾਅਦ ਵਿੱਚ ਜਾ ਕੇ ਪ੍ਰੋਮੀਨੈਂਟ ਆਰਟਿਸਟ ਬਣਦੇ ਹਨ, ਜਿਨ੍ਹਾਂ ਵਿੱਚ ਜੋਤ ਸਿੰਘ, ਪ੍ਰੇਮ ਸਿੰਘ, ਬਲਵਿੰਦਰ ਜੀ, ਬੀਬਾ ਬਲਵੰਤ, ਮਹਿੰਦਰ ਤੁਲੀ, ਆਸ਼ਾ ਸਰ ਸ਼ਰਮਾ ਜੀ, ਮਲਕੀਤ ਸਿੰਘ, ਰਵਿੰਦਰ ਸ਼ਰਮਾ ਜੀ, ਪ੍ਰਵਿੰਦਰ ਲਾਲ, ਈਸ਼ਵਰ ਦਿਆਲ, ਵਿਨੈ ਵਡੇਰਾ, ਭੀਮ ਮਲਹੋਤਰਾ, ਸੁਭਾਸ਼ ਸ਼ੌਰੇ, ਵਿਜੇ ਓਜੋ, ਰਣਵੀਰ ਸਿੰਘ ਕਾਲੇਕਾਰ, ਦੀਵਾਨ ਮਾਨਾ, ਰਾਜਿੰਦਰ ਕੁਮਾਰ, ਕਮਲ ਧਾਲੀਵਾਲ, ਇਹ ਸਾਰੇ ਵਿਦਿਆਰਥੀ ਅੱਗੇ ਚੱਲ ਕੇ ਫਾਰਮਲ ਅਤੇ ਇਨਫਾਰਮਲ ਆਰਟ ਸੁਸਾਇਟੀਜ਼ ਅਤੇ ਗਰੁੱਪਸ ਦਾ ਹਿੱਸਾ ਬਣਦੇ ਹਨ। ਇਸੇ ਤਰ੍ਹਾਂ ਜੇ ਵੇਖਿਆ ਜਾਵੇ 1960 ਦੇ ਦਹਾਕਿਆਂ ਵਿੱਚ ਚੰਡੀਗੜ੍ਹ ਵਿੱਚ ਆਰਟ ਦਾ ਕੋਈ ਮਾਹੌਲ ਨਹੀਂ ਸੀ, ਪਰ ਉਸਨੂੰ ਸਰਪ੍ਰਸਤ ਦੀ ਜ਼ਰੂਰਤ ਸੀ ਤੇ ਉਹ ਸਰਪ੍ਰਸਤ ਬਣਦੇ ਹਨ ਮਹਿੰਦਰ ਸਿੰਘ ਰੰਧਾਵਾ। ਉਹਨਾਂ ਦੇ ਆਉਣ ਨਾਲ 1966 ਵਿੱਚ ਜਦੋਂ ਉਹ ਡਿਪਟੀ ਚੀਫ ਕਮਿਸ਼ਨਰ ਦੇ ਤੌਰ ਤੇ ਚੰਡੀਗੜ੍ਹ ਵਿੱਚ ਆਉਂਦੇ ਹਨ ਅਤੇ ਗਵਰਨਮੈਂਟ ਕਾਲਜ ਆਫ ਆਰਟ ਦੀ ਸ਼ੁਰੂਆਤ ਕਰਦੇ ਹਨ, ਉਸਦੇ ਨਾਲ ਹੀ 1967 ਵਿੱਚ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ, ਜਿਸਨੇ ਕਲਾਕਾਰਾਂ ਨੂੰ ਇੱਕ ਨਵਾਂ ਹੁੰਗਾਰਾ ਦਿੱਤਾ, ਕਿਉਂਕਿ ਉਸ ਤੋਂ ਪਹਿਲਾਂ ਜਿਵੇਂ ਕਿ ਪ੍ਰੋਫੈਸਰ DC ਭੱਟਾਚਾਰਿਆ ਅਤੇ ਵਿਨੈ ਵਡੇਰਾ ਜੀ ਦੇ ਨਾਲ ਹੋਏ ਇੰਟਰਵਿਊ ਵਿੱਚ ਮੈਨੂੰ ਇਹ ਇਨਫੋਰਮੇਸ਼ਨ ਮਿਲਦੀ ਹੈ ਕਿ ਉਸ ਤੋਂ ਪਹਿਲਾਂ ਕੋਈ ਆਰਟ ਗੈਲਰੀ ਨਹੀਂ ਸੀ ਜਿੱਥੇ ਆਰਟਿਸਟ ਆਪਣੇ ਕੰਮ ਨੂੰ ਦਿਖਾ ਸਕੇ, ਕੋਈ ਕਲਾ ਪ੍ਰਦਰਸ਼ਨੀ ਹੋਣ ਦਾ ਕੋਈ ਮੁਕੰਮਲ ਥਾਂ ਨਹੀਂ ਸੀ। ਪਰ ਉਸ ਤੋਂ ਬਾਅਦ ਹੁਣ ਕਲਾਕਾਰਾਂ ਨੂੰ ਇਸ ਇਹਨਾਂ ਦਹਾਕਿਆਂ ਵਿੱਚ ਕਲਾ ਪ੍ਰਦਰਸ਼ਨੀਆਂ ਅਤੇ ਕੰਮਾਂ ਨੂੰ ਡਿਸਪਲੇ ਕਰਨ ਦਾ ਬਹੁਤ ਇੱਕ
ਇੰਪੋਰਟੈਂਟ ਪਲੇਸ ਮਿਲ ਜਾਂਦਾ ਹੈ ਕਿਉਂਕਿ ਇਹ ਸਰਕਾਰੀ ਗੈਲਰੀ ਹੋਣ ਕਰਕੇ ਆਰਟਿਸਟ ਅਤੇ ਯੰਗ ਸਟੂਡੈਂਟਸ ਨੂੰ ਵੀ ਕਾਫੀ ਹੈਲਪਫੁਲ ਸੀ। ਫਿਰ ਹੁਣ ਜੇ ਆਪਾਂ ਗੱਲ ਕਰੀਏ, ਇਹ ਤਾਂ ਸੀ ਗੱਲ ਸਕੂਲ ਦੀ ਜੋ ਕਿ ਮੇਓ ਸਕੂਲ ਤੋਂ ਲੈ ਕੇ ਗਵਰਨਮੈਂਟ ਸਕੂਲ ਆਫ ਆਰਟ ਐਂਡ ਕ੍ਰਾਫਟ ਸ਼ਿਮਲਾ ਤੋਂ ਆ ਕੇ ਫਿਰ ਆਪਾਂ ਗਵਰਨਮੈਂਟ ਕਾਲਜ ਆਫ ਆਰਟ ਚੰਡੀਗੜ੍ਹ ਵਿੱਚ ਕਰਦੇ ਹਨ। ਫਿਰ ਉਸ ਤੋਂ ਬਾਅਦ ਹੁਣ ਜੇ ਆਪਾਂ ਗੱਲ ਕਰੀਏ ਸੋਸਾਇਟੀਜ਼ ਦੀ, ਪੰਜਾਬ ਵਿੱਚ ਸੋਸਾਇਟੀਜ਼ ਦਾ ਬਹੁਤ ਅਹਿਮ ਰੋਲ ਹੈ ਕਿਉਂਕਿ ਇਹਦੇ ਵਿੱਚ ਬ੍ਰਿਟਿਸ਼ ਬਰਤਾਨੀਆ ਦੇ ਟਾਈਮ ਤੋਂ ਹੀ ਆਰਟ ਸੋਸਾਇਟੀਜ਼ ਦੀ ਸਥਾਪਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਵਿੱਚ ਦੋ ਤਰ੍ਹਾਂ ਦੀ ਸੋਸਾਇਟੀਜ਼ ਬਣਦੀਆਂ ਹਨ। ਪਹਿਲੀ ਸੋਸਾਇਟੀ ਹੈ ਫਾਰਮਲ ਸੋਸਾਇਟੀ ਤੇ ਦੂਜੀ ਹੈ ਇਨਫਾਰਮਲ ਸੋਸਾਇਟੀਜ਼ ਜਾਂ ਇਨਫਾਰਮਲ ਆਰਟਿਸਟ ਗਰੁੱਪਸ। ਫਾਰਮਲ ਵਿੱਚ ਇਹ ਹੁੰਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਉਸ ਸੋਸਾਇਟੀ ਨਾਲ ਇਨਵੋਲਵ ਹੈ, ਉਹਦੀ ਆਰਟ ਐਕਟੀਵਿਟੀਜ਼ ਨੂੰ ਉਹ ਪ੍ਰਮੋਟ ਕਰਨ ਲਈ ਕਾਫੀ ਉਪਰਾਲੇ ਕਰ ਰਹੀ ਹੈ। ਪਰ ਜੇ ਇਨਫਾਰਮਲ ਦੀ ਆਪਾਂ ਗੱਲ ਕਰੀਏ, ਉਹਦੇ ਵਿੱਚ ਹੁੰਦਾ ਹੈ ਕਿ ਆਰਟਿਸਟ ਨੂੰ ਕੋਈ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੁੰਦੀ, ਉਹ ਆਪਸ ਵਿੱਚ ਹੀ ਇੱਕ ਛੋਟੀ ਜਿਹੀ ਗੈਦਰਿੰਗ ਬਣਾ ਲੈਂਦੇ ਨੇ, ਉਹਨਾਂ ਦਾ ਇੱਕ ਗਰੁੱਪ ਬਣ ਜਾਂਦਾ ਹੈ ਤੇ ਉਹ ਉਹਨਾਂ ਵਿੱਚ ਹੀ ਆਪਣੀ ਕਲਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਸਾਰੀ ਐਕਟੀਵਿਟੀਜ਼ ਕਰਵਾਉਂਦੇ ਹਨ। ਤੇ ਪੰਜਾਬ ਵਿੱਚ ਜਿਹੜੀ ਸਭ ਤੋਂ ਪਹਿਲਾਂ ਫਾਈਨ ਆਰਟ ਸੋਸਾਇਟੀ ਬਣਦੀ ਹੈ ਉਹ ਹੈ ਸ਼ਿਮਲਾ ਫਾਈਨ ਆਰਟ ਸੋਸਾਇਟੀ, ਜੋ ਕਿ ਬਰਤਾਨੀਆ ਰਾਜ ਵਿੱਚ 1865 ਵਿੱਚ ਬ੍ਰਿਟਿਸ਼ ਦੁਆਰਾ ਸਥਾਪਿਤ ਕੀਤੀ ਜਾਂਦੀ ਹੈ। ਇਹਨਾਂ ਦਾ ਮੁੱਖ ਪਰਪਸ ਸੀ ਬਰਤਾਨਵੀ ਅਮੈਚੋਰ ਅਤੇ ਫੀਮੇਲ ਆਰਟਿਸਟ ਨੂੰ ਪ੍ਰਮੋਟ ਕਰਨਾ, ਉਹਨਾਂ ਨੂੰ ਵਧਾਵਾ ਦੇਣਾ। ਉਸਦੇ ਨਾਲ ਹੀ ਇੱਥੇ ਕੋਲੋਨੀਅਲ ਸਿਟੀ ਨੂੰ ਕਲਾ ਗਤੀਵਿਧੀਆਂ ਨੂੰ ਨਰਚਰ ਕਰਨ ਵਿੱਚ ਇਸ ਸੋਸਾਇਟੀ ਦੀ ਕਾਫੀ ਅਹਿਮ ਭੂਮਿਕਾ ਰਹਿੰਦੀ ਹੈ। ਸ਼ੁਰੂਆਤੀ ਦੌਰ ਵਿੱਚ ਜੇ ਆਪਾਂ ਗੱਲ ਕਰੀਏ ਸੋਸਾਇਟੀ ਸ਼ਿਮਲਾ ਫਾਈਨ ਆਰਟ ਸੋਸਾਇਟੀ ਨੂੰ ਆਪਣੀ ਸਾਲਾਨਾ ਸਮਾਰੋਹ ਪ੍ਰਦਰਸ਼ਨੀਆਂ ਕਰਨ ਲਈ ਕੋਈ ਖਾਸ ਥਾਂ ਨਹੀਂ ਮਿਲਦੀ ਹੈ, ਜਿਸ ਕਰਕੇ ਇਹ ਆਪਣਾ ਥਾਂ ਬਦਲਦੀ ਰਹਿੰਦੀ ਹੈ। ਹਰ ਸਾਲ ਇਸਦੀ ਐਗਜੀਬਿਸ਼ਨ ਇੱਕ ਨਵੀਂ ਥਾਂ ਤੇ ਹੁੰਦੀ ਹੈ। ਤੇ ਜੇ ਆਪਾਂ ਇਸਦੀ ਪਹਿਲੀ ਐਗਜੀਬਿਸ਼ਨ ਹੁੰਦੀ ਹੈ ਬਿਸ਼ਪ ਕਾਟਨ ਸਕੂਲ ਵਿੱਚ, ਜਿਸ ਵਿੱਚ ਲਗਭਗ 500 ਕਲਾ ਕ੍ਰਿਤੀਆਂ ਦੀ ਨੁਮਾਇਸ਼ ਹੁੰਦੀ ਹੈ। ਤੇ 1866 ਵਿੱਚ ਔਕਲੈਂਡ ਹਾਊਸ ਵਿਖੇ ਇਸਦੀ ਸਾਲਾਨਾ ਪ੍ਰਦਰਸ਼ਨੀ ਦਾ ਉਦਘਾਟਨ ਹੁੰਦਾ ਹੈ। ਤੇ ਹਰ ਸਾਲ ਇਹਦਾ ਇਹਦੇ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਦੀ ਸੰਖਿਆ ਵੱਧਦੀ ਜਾਂਦੀ ਹੈ, ਜਿਸ ਕਰਕੇ ਅੱਗੇ ਜਾ ਕੇ ਕਮੇਟੀ ਡਿਸਾਈਡ ਕਰਦੀ ਹੈ ਕਿ ਅਸੀਂ ਹੁਣ ਇੱਕ ਜਿਊਰੀ ਸਿਸਟਮ ਬਣਾਵਾਂਗੇ, ਉਸਦੇ ਥਰੂ ਆਰਟ ਦਾ ਲੈਵਲ, ਐਗਜੀਬਿਸ਼ਨ ਦਾ ਲੈਵਲ, ਸੋਸਾਇਟੀ ਦਾ ਲੈਵਲ ਵਧਾਇਆ ਜਾਏਗਾ। ਅਤੇ ਕੰਪੀਟੀਸ਼ਨ ਹੋਣ ਕਰਕੇ ਵਧੀਆ ਕੰਮ ਇਹਨਾਂ ਕੋਲ ਆਉਣਗੇ, ਤੇ ਇਸ ਕਰਕੇ ਜਿਹੜੀ ਸੋਸਾਇਟੀ ਹੈ ਉਹ ਆਪਣੀ ਕਮੇਟੀ ਨੂੰ ਵੀ ਹਰ ਸਾਲ ਰੀਕੋਨਸਟੀਟਿਊਟ ਕਰਦੀ ਹੈ। ਇਸਦੇ ਪੇਟਰਨ, ਵਾਈਸ ਪੇਟਰਨ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਹਰ ਸਾਲ ਚੇਂਜ ਹੁੰਦੇ ਸਨ, ਹਰ ਸਾਲ ਬਦਲਦੇ ਸਨ। ਜੇ ਇਸ ਸੋਸਾਇਟੀ ਦੇ ਬਾਰੇ ਜੇ ਆਪਾਂ ਗੱਲ ਕਰੀਏ, ਇਹਦੀ ਸੋਸਾਇਟੀ ਬਾਰੇ ਸਾਨੂੰ ਇੱਕ ਥਾਂ ਤੇ ਕੋਈ ਇਨਫੋਰਮੇਸ਼ਨ ਨਹੀਂ ਮਿਲਦੀ, ਇਹ ਬਹੁਤ ਖਿਲਰੀ ਹੋਈ ਇਨਫੋਰਮੇਸ਼ਨ ਮਿਲਦੀ ਹੈ, ਬੜੀ ਸਕੈਟਰਡ ਹੈ। ਇਹਦੀ ਐਗਜੀਬਿਸ਼ਨ ਦੀ ਜੇ ਆਪਾਂ ਗੱਲ ਕਰੀਏ ਸਾਲਾਨਾ ਐਗਜੀਬਿਸ਼ਨ ਦੀ, ਉਹ ਟਾਈਮਸ ਆਫ ਇੰਡੀਆ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਕਵਰ ਕੀਤੀ ਜਾਂਦੀ ਸੀ। ਤੇ ਸ਼ਿਮਲਾ ਪਾਸਟ ਐਂਡ ਪ੍ਰੈਜ਼ੈਂਟ ਜੋ ਕਿ ਐਡਵਰਡ ਜੇ ਬਗ ਜੀ ਨੇ ਲਿਖੀ ਹੈ, ਉਹਨਾਂ ਦੀ ਕਿਤਾਬ ਵਿੱਚ ਸਾਨੂੰ ਸ਼ਿਮਲਾ ਫਾਈਨ ਆਰਟ ਸੋਸਾਇਟੀ ਦੇ ਐਗਜੀਬਿਸ਼ਨ ਦੀ ਥਾਵਾਂ ਦੇ ਬਾਰੇ ਸਾਨੂੰ ਪਤਾ ਲੱਗਦਾ ਹੈ। ਤੇ ਜੇ ਆਪਾਂ ਗੱਲ ਕਰੀਏ ਪਾਮੇਲਾ ਕਵਰ ਦੀ ਬੁੱਕ ਇੰਪੀਰੀਅਲ ਸ਼ਿਮਲਾ ਦਾ ਕਲਚਰ ਆਫ ਦਾ ਰਾਜ, ਉਹਦੇ ਵਿੱਚ ਇਹਨਾਂ ਦੀ ਬਾਕੀ ਜਿਹੜੇ ਮੈਂਬਰਸ ਨੇ, ਮੈਂਬਰਸ ਦਾ ਸਟਰਕਚਰ ਹੈ, ਉਹਨਾਂ ਦੀ ਕਮੇਟੀ ਦਾ ਸਟਰਕਚਰ ਹੈ, ਉਹਦੇ ਬਾਰੇ ਪਤਾ ਲੱਗਦਾ ਹੈ। ਇੱਕ ਲੇਖ ਹੈ ਫਾਈਨ ਆਰਟਸ ਇਨ ਸ਼ਿਮਲਾ ਅ ਮੱਕਾ ਫਾਰ ਐਗਜੀਬਿਟਰਸ, ਜੋ ਕਿ ਟਾਈਮਸ ਆਫ ਇੰਡੀਆ ਵਿੱਚ 26 ਅਗਸਤ 1931 ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਜਿਹਦੇ ਵਿੱਚ ਇਸਦੀ ਸਾਲਾਨਾ ਪ੍ਰਦਰਸ਼ਨੀ ਸਮਾਰੋਹ ਬਾਰੇ ਕਾਫੀ ਵਿਸਤਾਰ ਵਿੱਚ ਦੱਸਿਆ ਜਾਂਦਾ ਹੈ। ਤੇ ਇਸ ਲੇਖ ਦੇ ਮੁਤਾਬਕ ਇਸ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਸਮਾਰੋਹ ਦੇਸ਼ ਦਾ ਸਭ ਤੋਂ ਵੱਧ ਮਸ਼ਹੂਰ ਇਵੈਂਟ ਹੁੰਦਾ ਸੀ, ਲਾਈਕ ਮੋਸਟ ਪ੍ਰੈਸਟੀਜੀਅਸ ਇਵੈਂਟ ਹੁੰਦਾ ਸੀ, ਕਿਉਂਕਿ ਇਸ ਇਵੈਂਟ ਵਿੱਚ ਰਾਜੇ, ਮਹਾਰਾਜੇ, ਸਰਕਾਰੀ ਅਫਸਰ ਸਾਰੇ ਹੀ ਸ਼ਿਰਕਤ ਕਰਦੇ ਸਨ, ਕਿਉਂਕਿ ਇਹਨਾਂ ਦੀ ਐਗਜੀਬਿਸ਼ਨ ਸ਼ਿਮਲਾ ਵਿੱਚ ਹੁੰਦੀ ਸੀ। ਤੇ ਸ਼ਿਮਲਾ ਜੇ ਆਪਾਂ ਗੱਲ ਕਰੀਏ ਤਾਂ ਉਸ ਟਾਈਮ ਬ੍ਰਿਟਿਸ਼ ਦੀ ਸਮਰ ਕੈਪੀਟਲ ਹੁੰਦੀ ਸੀ, ਠੀਕ ਹੈ। ਤੇ ਉਸ ਤੋਂ ਬਾਅਦ ਗਰਮੀਆਂ ਵਿੱਚ ਮੌਨਸੂਨ ਤੋਂ ਇਮੀਡੀਏਟ ਬਾਅਦ ਜਦੋਂ ਮੌਸਮ ਉੱਥੇ ਬਹੁਤ ਪ੍ਲੈਜ਼ੈਂਟ ਹੋ ਜਾਂਦਾ ਹੈ ਤੇ ਸਾਰਾ ਬ੍ਰਿਟਿਸ਼ ਆਫੀਸ਼ਲ ਉੱਥੇ ਵਰਕਿੰਗ ਹੈ, ਤੇ ਰਾਜੇ, ਮਹਾਰਾਜੇ, ਰਾਣੀਆਂ, ਰਾਜਕੁਮਾਰ ਸਾਰੇ ਉੱਥੇ ਛੁੱਟੀਆਂ ਮਨਾਉਣ ਲਈ ਆ ਰਹੇ ਹਨ, ਤੇ ਨਾਲ ਹੀ ਗਵਰਨਮੈਂਟ ਆਫੀਸ਼ਲਸ ਵੀ ਉੱਥੇ ਐਕਟਿਵ ਹਨ। ਇਸ ਕਰਕੇ ਇਸ ਐਗਜੀਬਿਸ਼ਨ ਨੂੰ ਬਹੁਤ ਜ਼ਿਆਦਾ ਰਿਸਪੋਂਸ ਮਿਲਦਾ ਹੈ ਉਸ ਟਾਈਮ, ਜਿਹਦੇ ਵਿੱਚ ਹਾਈ ਅਥਾਰਟੀ, ਹਾਈ ਪ੍ਰੋਫਾਈਲ ਆਫੀਸ਼ਲਸ ਆਉਂਦੇ ਹਨ ਇਸ ਇਸਦੇ ਉਦਘਾਟਨ ਸਮਾਰੋਹ ਵਿੱਚ।
ਇਸਦੇ ਵਿਖਿਆਤ ਹੋਣ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿ ਉਸ ਟਾਈਮ ਇਸ ਦੀ ਅਵਾਰਡ ਮਨੀ 2000 ਰੁਪੀਸ ਸੀ, 2000 ਰੁਪਏ ਦਾ ਇਨਾਮੀ ਰਾਸ਼ੀ, ਜੋ ਕਿ ਨਾ ਸਿਰਫ ਭਾਰਤ ਵਿੱਚ ਰਹਿ ਰਹੇ ਬਰਤਾਨਵੀ ਕਲਾਕਾਰਾਂ ਨੂੰ ਆਪਣੇ ਵੱਲ ਖਿੱਚਦਾ ਹੈ, ਬਲਕਿ ਜਿਹੜੇ ਬਾਹਰ ਰਹਿ ਰਹੇ ਕਲਾਕਾਰ ਸਨ ਉਹ ਵੀ ਇਹਦੇ ਵਿੱਚ ਭਾਗ ਲੈਂਦੇ ਸਨ, ਹਿੱਸਾ ਲੈਂਦੇ ਸਨ। ਪਰ ਇਹਦੇ ਵਿੱਚ ਇੱਕ ਗੱਲ ਸੀ ਕਿ ਇਹਦੇ ਵਿੱਚ ਪ੍ਰੋਫੈਸ਼ਨਲ ਆਰਟਿਸਟ ਪਾਰਟਿਸਿਪੇਟ ਨਹੀਂ ਕਰ ਸਕਦੇ ਸਨ, ਸਿਰਫ ਅਮੇਚੋਰ ਆਰਟਿਸਟ ਦੇ ਲਈ ਹੀ ਇਹਨਾਂ ਦੀ ਐਗਜੀਬਿਸ਼ਨ ਹੁੰਦੀਆਂ ਸਨ। ਇਸੇ ਕਰਕੇ ਜਦ ਸੋਸਾਇਟੀ ਨੇ ਆਪਣੀ ਕਮੇਟੀ ਦਾ ਜੂਰੀ ਪੈਨਲ ਨੂੰ ਬਿਠਾਉਣਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਇਹਦੇ ਵਿੱਚ ਅਵਾਰਡ ਮੈਡਲਸ ਪ੍ਰਾਈਜ਼ ਮਨੀ ਦੀ ਵੱਖ ਵੱਖ ਕੈਟੇਗਰੀਜ਼ ਬਣਾਈਆਂ ਗਈਆਂ, ਤੇ ਇਹਨਾਂ ਦੀ ਕੈਟੇਗਰੀਜ਼ ਵੀ ਜਿਵੇਂ ਲੈਫਟੀਨੈਂਟ ਗਵਰਨਰ ਅਵਾਰਡ ਹੁੰਦਾ ਸੀ, ਕਮਾਂਡਰ ਇਨ ਚੀਫ ਪ੍ਰਾਈਜ਼ ਹੈ, ਇਸ ਤੋਂ ਬਿਨਾਂ ਹੋਰ ਵੀ ਕਈ ਵਿਸ਼ੇਸ਼ ਕੈਟੇਗਰੀਜ਼ ਬਣਾਈਆਂ ਗਈਆਂ, ਜਿਵੇਂ ਕਿ ਬੈਸਟ ਵਾਟਰ ਕਲਰ, ਬੈਸਟ ਆਇਲ ਪੇਂਟਿੰਗ, ਤੇ ਹੌਲੀ ਹੌਲੀ ਜਿਵੇਂ ਆਰਟ ਸਕੂਲਸ ਇਹਦੇ ਵਿੱਚ ਪਾਰਟੀਸਿਪੇਟ ਕਰਨਾ ਸ਼ੁਰੂ ਕੀਤਾ, ਤੇ ਇਹਦੇ ਵਿੱਚ ਬੈਸਟ ਸਟੂਡੈਂਟ ਅਵਾਰਡ ਦਾ ਵੀ ਕੰਮ ਦਾ ਵੀ ਇੰਤਜ਼ਾਮ ਕੀਤਾ ਗਿਆ। ਤੇ ਇਸ ਤੋਂ ਬਾਅਦ ਪਹਿਲੇ ਸਟਾਰਟਿੰਗ ਵਿੱਚ ਆਪਾਂ ਗੱਲ ਕਰੀਏ, ਇਹਦੇ ਵਿੱਚ ਭਾਰਤੀ ਆਰਟਿਸਟ, ਆਪਾਂ ਕਹੀਏ ਕਿ ਸਥਾਨਕ ਆਰਟਿਸਟ ਇਹਦੇ ਵਿੱਚ ਭਾਗ ਨਹੀਂ ਲੈ ਸਕਦੇ ਸਨ, ਪਰ 20ਵੀਂ ਸਦੀ ਦੇ ਆਰੰਭ ਵਿੱਚ ਇਹਦੇ ਵਿੱਚ ਇੱਕ ਨਵੀਂ ਕੈਟੇਗਰੀ ਬਣਾਈ ਜਾਂਦੀ ਹੈ ਨੇਟਿਵ ਆਰਟਿਸਟ ਦੇ ਨਾਮ ਨਾਲ। ਇਸ ਸ਼੍ਰੇਣੀ ਵਿੱਚ ਭਾਰਤੀ ਕਲਾਕਾਰ ਵੀ ਹਿੱਸਾ ਲੈ ਸਕਦੇ ਸਨ। ਇਸ ਵਿੱਚ BC ਸਾਨਿਆਲ, ਸਮਰਿੰਦਰ ਨਾਥ ਗੁਪਤਾ, ਠਾਕਰ ਸਿੰਘ, ਸੋਭਾ ਸਿੰਘ ਜੀ ਨੇ ਆਪਣੇ ਨਾ ਸਿਰਫ ਕੰਮ ਭੇਜੇ ਬਲਕਿ ਉਹਨਾਂ ਨੇ ਕਾਫੀ ਅਵਾਰਡ ਵੀ ਜਿੱਤੇ। ਤੇ 1934 ਵਿੱਚ ਅੰਮ੍ਰਿਤਾ ਸ਼ੇਰਗਿੱਲ ਦਾ ਆਗਮਨ ਸ਼ਿਮਲਾ ਵਿੱਚ ਹੁੰਦਾ ਹੈ, ਅਤੇ 1935 ਵਿੱਚ ਉਹ ਸ਼ਿਮਲਾ ਫਾਈਨ ਆਰਟ ਸੋਸਾਇਟੀ ਵਿੱਚ ਸਾਲਾਨਾ ਕਲਾ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਆਪਣੇ 10 ਕੰਮਾਂ ਨੂੰ ਭੇਜਦੇ ਹਨ, ਜਿਹਦੇ ਵਿੱਚ ਜੂਰੀ ਉਹਨਾਂ ਦੇ 5 ਕੰਮਾਂ ਨੂੰ ਸਿਲੈਕਟ ਕਰਦੀ ਹੈ ਅਤੇ 5 ਕੰਮਾਂ ਨੂੰ ਰਿਜੈਕਟ ਕਰਦੀ ਹੈ। ਇਸ ਗੱਲ ਤੋਂ ਅੰਮ੍ਰਿਤਾ ਸ਼ੇਰਗਿੱਲ ਜੀ ਨੂੰ ਬੁਰਾ ਲੱਗਦਾ ਹੈ, ਤੇ ਉਹ ਸਿੱਟੇ ਵਜੋਂ ਅੰਮ੍ਰਿਤਾ ਸ਼ੇਰਗਿੱਲ ਜੀ ਰਾਜਾ ਫਰੀਦਕੋਟ ਅਵਾਰਡ ਨੂੰ ਨਕਾਰ ਦਿੰਦੇ ਹਨ, ਉਹ ਵਾਪਸ ਕਰ ਦਿੰਦੇ ਹਨ ਅਤੇ ਕਮੇਟੀ ਨੂੰ ਚਿੱਠੀ ਵੀ ਲਿਖਦੇ ਹਨ ਕਿ ਉਹ ਭਵਿੱਖ ਵਿੱਚ ਕਦੇ ਵੀ ਸ਼ਿਮਲਾ ਫਾਈਨ ਆਰਟ ਸੋਸਾਇਟੀ ਦੀ ਪ੍ਰਦਰਸ਼ਨੀਆਂ ਵਿੱਚ ਹਿੱਸਾ ਨਹੀਂ ਲੈਣਗੇ। ਉਸ ਤੋਂ ਬਾਅਦ ਵਿਸ਼ਵ ਯੁੱਧ ਫਸਟ, ਜਦੋਂ ਵਰਲਡ ਵਾਰ ਫਸਟ ਹੁੰਦਾ ਹੈ, ਇਸ ਨੇ ਸੋਸਾਇਟੀ ਨੂੰ ਕਾਫੀ ਪ੍ਰਭਾਵਿਤ ਕੀਤਾ, ਤੇ 1940 ਆਉਂਦੇ ਆਉਂਦੇ ਇਹ ਸੋਸਾਇਟੀ ਡੀਫੰਕਟ ਹੋ ਜਾਂਦੀ ਹੈ, ਤੇ ਇਸਦੇ ਸਾਰੇ ਮੈਂਬਰਸ ਵਗੈਰਾ ਕਿਉਂਕਿ ਬਿਜ਼ੀ ਹੋ ਜਾਂਦੇ ਹਨ, ਉਹਨਾਂ ਨੂੰ ਸਮਾਂ ਨਹੀਂ ਮਿਲਦਾ ਹੈ ਕਿ ਉਹ ਇਸ ਸੋਸਾਇਟੀ ਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ। ਤੇ ਹੁਣ ਜਿਹੜੀ ਦੂਜੀ ਸੋਸਾਇਟੀ ਹੈ, ਪੰਜਾਬ ਫਾਈਨ ਆਰਟ ਸੋਸਾਇਟੀ ਲਾਹੌਰ ਵਿੱਚ ਬਣਦੀ ਹੈ, ਜਿੱਦਾਂ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਕੂਲ ਦਾ ਬਹੁਤ ਹੀ ਅਹਿਮ ਰੋਲ ਹੁੰਦਾ ਹੈ ਕਿਸੇ ਵੀ ਸੋਸਾਇਟੀ ਅਤੇ ਗਰੁੱਪ ਨੂੰ ਬਣਾਉਣ ਲਈ, ਕਿਉਂਕਿ ਸਾਰੇ ਜੋ ਸਟੂਡੈਂਟਸ ਨੇ, ਟੀਚਰਸ ਨੇ, ਉਹ ਇਹਨਾਂ ਹੀ ਆਰਟ ਸਕੂਲਸ ਦਾ ਪ੍ਰੋਡਕਟ ਹੁੰਦੇ ਹਨ, ਇਹਨਾਂ ਦੇ ਨਾਲ ਜੁੜੇ ਹੁੰਦੇ ਹਨ। ਤੇ ਪੰਜਾਬ ਫਾਈਨ ਆਰਟ ਸੋਸਾਇਟੀ ਦੀ ਜੇ ਆਪਾਂ ਗੱਲ ਕਰੀਏ, ਇਹ ਮੇਯੋ ਸਕੂਲ ਆਫ ਆਰਟ ਦੇ ਹੀ ਸਟੂਡੈਂਟਸ ਅਤੇ ਟੀਚਰਸ ਨੇ ਮਿਲ ਕੇ ਸ਼ੁਰੂ ਕੀਤੀ ਸੀ। ਇੱਥੇ ਟੀਚਰਸ ਨੇ ਇੱਕ ਵੱਡੀ ਸੰਖਿਆ ਵਿੱਚ ਇੱਥੇ ਲੋਕਲ ਆਰਟਿਸਟ ਨੂੰ ਟ੍ਰੇਨ ਕੀਤਾ, ਅਤੇ ਕਲਾਕਾਰਾਂ ਨੇ ਅੱਗੇ ਚੱਲ ਕੇ 1920 ਵਿੱਚ ਪੰਜਾਬ ਫਾਈਨ ਆਰਟ ਸੋਸਾਇਟੀ ਬਣਾਈ, ਜਿਸ ਦਾ ਮੁੱਖ ਉਦੇਸ਼ ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸੀ। ਇਸ ਸੋਸਾਇਟੀ ਦੇ ਫਾਊਂਡਰ ਮੈਂਬਰ ਲਾਇਨਲ ਹਿੱਤ ਅਤੇ ਸਮਰਿੰਦਰ ਨਾਥ ਗੁਪਤਾ ਜੀ ਸਨ। ਲਾਇਨਲ ਹਿੱਤ ਉਸ ਟਾਈਮ ਪ੍ਰੈਜ਼ੀਡੈਂਟ ਅਤੇ ਸਮਰਿੰਦਰ ਨਾਥ ਗੁਪਤਾ ਸਕੱਤਰ ਸਨ। ਆਰੰਭ ਵਿੱਚ ਇਹ ਸੋਸਾਇਟੀ ਇਨਫੋਰਮਲ ਗਰੁੱਪ ਦੇ ਤੌਰ ਤੇ ਚੱਲਦੀ ਰਹੀ, ਪਰ ਕੁਝ ਸਮਾਂ ਬਾਅਦ ਸਰਕਾਰ ਨੇ ਵੀ ਇਸ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇੱਥੇ ਮੈਂ ਇੱਕ ਗੱਲ ਐਡ ਕਰਨਾ ਚਾਹਾਂਗੀ ਕਿ ਵਿਵਾਨ ਸੁੰਦਰਮ ਜੀ ਨੇ ਅੰਮ੍ਰਿਤਾ ਸ਼ੇਰਗਿੱਲ ਦੀ ਲੈਟਰਸ ਦੀ ਕਲੈਕਸ਼ਨ ਦੀ ਇੱਕ ਬੁੱਕ ਹੈ, ਅੰਮ੍ਰਿਤਾ ਸ਼ੇਰਗਿੱਲ ਅ ਸੈਲਫ ਪੋਰਟਰੇਟ, ਉਹਦੇ ਵਿੱਚ ਉਹਨਾਂ ਨੇ ਲਾਹੌਰ ਨੂੰ ਪੈਰਿਸ ਆਫ ਦਾ ਈਸਟ ਕਿਹਾ ਹੈ, ਤੇ ਉਹਨਾਂ ਨੇ ਇਹ ਦੱਸਿਆ ਹੈ ਕਿ ਲਾਹੌਰ ਜੋ ਹੈ ਉਹ ਉੱਤਰੀ ਭਾਰਤ ਦੀ ਸੱਭਿਆਚਾਰਕ ਰਾਜਧਾਨੀ ਹੈ। ਹੁਣ ਜੇ ਆਪਾਂ ਪੰਜਾਬ ਫਾਈਨ ਆਰਟ ਸੋਸਾਇਟੀ ਦੀ ਗੱਲ ਕਰੀਏ, ਤਾਂ ਇਹ ਸੋਸਾਇਟੀ ਦਾ ਪੈਟਰਨ ਵੀ ਦੇਸ਼ ਵਿੱਚ ਚੱਲ ਰਹੀ ਬਾਕੀ ਸਰਕਾਰੀ ਸੋਸਾਇਟੀ ਦੇ ਪੈਟਰਨਸ ਨੂੰ ਹੀ ਫੋਲੋ ਕਰਦਾ ਹੋਇਆ ਬਣਾਇਆ ਗਿਆ ਸੀ। ਇਸਦਾ ਵੀ ਮੁੱਖ ਉਦੇਸ਼ ਸੀ ਪੰਜਾਬ ਵਿੱਚ ਕਲਾ ਨੂੰ, ਆਰਟ ਨੂੰ ਵਧਾਉਣਾ, ਉਸਨੂੰ ਵਧਾਵਾ ਦੇਣਾ। ਤੇ ਇਸਦੀ ਪਹਿਲੀ ਕਲਾ ਪ੍ਰਦਰਸ਼ਨੀ 1923 ਵਿੱਚ ਲਾਹੌਰ ਮਿਊਜ਼ੀਅਮ ਵਿੱਚ ਹੁੰਦੀ ਹੈ, ਜੋ ਕਿ ਉਸ ਸਮੇਂ ਮੇਅਰ ਸਕੂਲ ਆਫ ਆਰਟ ਦੀ ਇਮਾਰਤ ਦੇ ਅੰਦਰ ਸੀ। ਇਸ ਪ੍ਰਦਰਸ਼ਨੀ ਵਿੱਚ ਨਾ ਸਿਰਫ ਪੰਜਾਬ ਬਲਕਿ ਸਮੂਹ ਭਾਰਤ ਦੇ ਕਲਾਕਾਰਾਂ ਨੇ ਹਿੱਸਾ ਲਿਆ,
ਜਿਸ ਕਰਕੇ ਸਥਾਨਕ ਕਲਾਕਾਰਾਂ ਤੇ ਸਥਾਨਕ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕੰਮ ਇੱਕੋ ਹੀ ਥਾਂ ਤੇ ਦੇਖਣ ਦਾ ਮੌਕਾ ਮਿਲਦਾ ਹੈ। 1928 ਵਿੱਚ ਸੁਸਾਇਟੀ ਨੇ ਆਪਣਾ 7ਵਾਂ ਸਾਲਾਨਾ ਸਮਾਰੋਹ ਕੀਤਾ, ਜਿਸ ਵਿੱਚ ਲਗਭਗ 500 ਕੰਮ ਪ੍ਰਦਰਸ਼ਿਤ ਕੀਤੇ ਗਏ। ਇਸ ਸਮੇਂ ਪੰਜਾਬ ਦਾ ਸੱਭਿਆਚਾਰਿਕ ਗਤੀਵਿਧੀਆਂ ਲਈ ਸੁਨਹਿਰਾ ਸਮਾਂ ਸੀ। ਨਾ ਸਿਰਫ ਪੇਂਟਿੰਗ ਬਲਕਿ ਦਸਤਕਾਰੀ ਦੇ ਕੰਮ ਜਿਵੇਂ ਨੀਡਲ ਵਰਕ, ਲੈਦਰ ਵਰਕ, ਲੈਂਪ ਸ਼ੇਡ ਵਰਕ ਦੇ ਕੰਮਾਂ ਨੂੰ ਵੀ ਖਿਤਾਬ ਦਿੱਤਾ ਗਿਆ ਇਹਨਾਂ ਐਗਜੀਬਿਸ਼ਨਸ ਵਿੱਚ। ਤੇ ਦੇਸ਼ ਦੀ ਵੰਡ ਤੋਂ ਬਾਅਦ ਇਹ ਸੁਸਾਇਟੀ ਵੀ ਖਤਮ ਹੋ ਗਈ, ਕਿਉਂਕਿ ਸਥਾਨਕ ਕਲਾਕਾਰ ਜੋ ਕਿ ਇਹਦੇ ਸਦੱਸਯ ਸਨ ਉਹ ਇਸ ਪੰਜਾਬ ਵੱਲ ਨੂੰ ਆ ਗਏ। ਉਸ ਤੋਂ ਬਾਅਦ ਆਪਾਂ ਗੱਲ ਕਰੀਏ 1928 ਵਿੱਚ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੀ, ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਜਿੱਥੇ ਕਿ ਇੱਕ ਪਾਸੇ ਲਾਹੌਰ ਕਲਚਰਲ ਹੱਬ ਬਣਿਆ ਹੋਇਆ ਹੈ, ਉਹ ਸੱਭਿਆਚਾਰਿਕ ਗਤੀਵਿਧੀਆਂ ਦਾ ਤੇ ਕਲਾਤਮਕ ਗਤੀਵਿਧੀਆਂ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਕਲਾਕਾਰ ਉਸ ਟਾਈਮ ਪ੍ਰੈਫਰ ਕਰਦੇ ਸਨ ਜ਼ਿਆਦਾ ਤੋਂ ਜ਼ਿਆਦਾ ਲਾਹੌਰ ਵਿੱਚ ਰਹਿਣਾ ਅਤੇ ਵਸਣਾ। ਪਰ ਉੱਥੇ ਹੀ ਗੁਰਦੀਪ ਸਿੰਘ ਜੀ ਨੇ ਆਪਣੇ ਸ਼ਹਿਰ ਅੰਮ੍ਰਿਤਸਰ ਵਿੱਚ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੀ ਸਥਾਪਨਾ ਕੀਤੀ 1928 ਵਿੱਚ, ਜੋ ਕਿ ਅੱਜ ਭਾਰਤ ਦੀ ਸਭ ਤੋਂ ਪੁਰਾਣੀ ਕਲਾ ਸੰਸਥਾਵਾਂ ਵਿੱਚੋਂ ਇੱਕ ਹੈ। ਤੇ ਇਸ ਵਿੱਚ ਗੁਰਦੀਪ ਸਿੰਘ ਜੀ ਦਾ ਸਾਥ ਦਿੰਦੇ ਹਨ ਸੁੰਦਰ ਦਾਸ ਓਬਰਾਏ, ਕੇਦਾਰ ਨਾਥ ਸ਼ਰਮਾ ਜੋ ਕਿ ਇੱਕ ਫਿਲਮ ਡਾਇਰੈਕਟਰ ਸਨ, ਮੁਹੰਮਦ ਹੁਸੈਨ ਅਤੇ ਮੱਲਾ ਰਾਮ ਜੋ ਕਿ ਪੇਂਟਰ ਸਨ। ਇਹਨਾਂ ਸਾਰਿਆਂ ਨੇ ਮਿਲ ਕੇ ਇਸ ਅਕੈਡਮੀ ਨੂੰ ਸੰਸਥਾਪਿਤ ਕੀਤਾ। 1932 ਵਿੱਚ ਐਸ ਜੀ ਠਾਕੁਰ ਸਿੰਘ ਇਸਦੇ ਪ੍ਰਧਾਨ ਬਣਦੇ ਹਨ ਤੇ ਉਹ ਆਪਣੇ ਅੰਤਿਮ ਸਮਾਂ ਤੱਕ 1976 ਤੱਕ ਇਸਦੇ ਪ੍ਰਧਾਨ ਬਣੇ ਰਹੇ। ਇਸ ਵਿੱਚ ਕਈ ਸਦੱਸ ਆਏ ਅਤੇ ਗਏ, ਬਹੁਤ ਸਾਰੇ ਬਦਲਾਵ ਹੋਏ, ਪਰ ਇਸ ਵਿੱਚ ਸਭ ਤੋਂ ਵੱਡਾ ਬਦਲਾਵ ਹੁੰਦਾ ਹੈ 1956 ਜਦੋਂ ਧਰਮ ਸਿੰਘ ਜੋ ਕਿ ਇੰਜੀਨੀਅਰ ਸਨ ਉਹ ਅਕੈਡਮੀ ਦੇ ਮੈਂਬਰ ਦੀ ਕਮੇਟੀ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਉਸ ਟਾਈਮ ਇਹ ਇਤਿਹਾਸ ਵਿੱਚ ਇੱਕ ਨਵਾਂ ਮੋੜ ਲੈ ਕੇ ਆਉਂਦੀ ਹੈ, ਕਿਉਂਕਿ ਉਸ ਟਾਈਮ ਅਕੈਡਮੀ ਦੀ ਇਮਾਰਤ ਦਾ ਨਕਸ਼ਾ ਉਹ ਤਿਆਰ ਕਰਦੇ ਹਨ ਅਤੇ ਇਸਦਾ ਨੀਂਹ ਪੱਥਰ ਭਾਰਤ ਦੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਜੀ ਨੇ ਰੱਖਿਆ। ਇਸ ਦੇ ਨਾਲ ਹੀ ਇਸ ਅਕੈਡਮੀ ਦੇ ਫੰਡਸ ਨੂੰ ਜਨਰੇਟ ਕਰਨ ਲਈ ਅਕੈਡਮੀ ਨੇ ਆਪਣੀ ਆਰਟ ਗੈਲਰੀ ਵੀ ਬਣਾਈ ਅਤੇ ਉਹ ਕਿਰਾਏ ਤੇ ਦੇਣੀ ਸ਼ੁਰੂ ਕਰ ਦਿੱਤੀ ਅਤੇ ਕਲਾ ਨੂੰ ਉਤਸ਼ਾਹਿਤ ਕਰਨ ਵਾਲੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਲਾ ਗਤੀਵਿਧੀਆਂ ਵੀ ਸ਼ੁਰੂ ਕਰਵਾਈਆਂ। ਇਸ ਦੇ ਨਾਲ ਹੀ 1963 ਵਿੱਚ ਇਹ ਇੱਕ ਆਰਟ ਬੁਲੇਟਿਨ ਨੂੰ ਸ਼ੁਰੂ ਕਰਦੇ ਹਨ ਇੰਡੀਆ ਥਰੂ ਏਜਿਸ ਦੇ ਨਾਮ ਨਾਲ, ਜੋ ਕਿ ਅਕੈਡਮੀ ਦੀ ਸਾਰੀ ਗਤੀਵਿਧੀਆਂ ਨੂੰ ਸਾਰੀ ਡਿਟੇਲਸ ਨੂੰ ਐਕਸਪਲੇਨ ਕਰਦੇ ਸੀ। ਮੰਥਲੀ ਡਿਟੇਲਸ ਇਹਦੇ ਵਿੱਚ ਪਬਲਿਸ਼ ਹੁੰਦੀਆਂ ਸਨ ਅਤੇ ਆਉਣ ਵਾਲੇ ਕੰਪੀਟੀਸ਼ਨਸ ਵਰਕਸ਼ਾਪਸ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਮਿਲਦੀ ਸੀ। ਇਸ ਤੋਂ ਬਾਅਦ 1930 ਦੀ ਗੱਲ ਕਰਦੇ ਹਾਂ, ਉਸਦੇ ਵਿੱਚ ਆਪਾਂ ਪੰਜਾਬ ਲਿਟਰੇਰੀ ਲੀਗ ਲਾਹੌਰ ਵਿੱਚ ਸਥਾਪਿਤ ਕੀਤਾ ਜਾਂਦਾ ਹੈ, ਜੋ ਕਿ ਏ ਸੀ ਗੁਲਨਰ ਨੇ ਸਥਾਪਿਤ ਕੀਤਾ ਸੀ। ਉਸ ਟਾਈਮ ਉਹ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ। ਉਹਨਾਂ ਦੇ ਨਾਲ ਇਹਦੇ ਵਿੱਚ ਸਾਥ ਦਿੰਦੇ ਹਨ ਮੁਹੰਮਦ ਇਕਬਾਲ ਤੇ ਇਸ ਮੰਚ ਇਹਦਾ ਮੁੱਖ ਉਦੇਸ਼ ਸੀ ਨੌਜਵਾਨਾਂ ਨੂੰ ਇੱਕ ਮੰਚ ਦੇਣਾ, ਕਿਉਂਕਿ ਇਹ ਲਿਟਰਲੀ ਲੀਗ ਸੀ। ਇਹਦੇ ਵਿੱਚ ਕਲਾ ਦੇ ਨਾਲ ਨਾਲ ਸਾਹਿਤ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਸੀ ਬਿਨਾਂ ਕਿਸੇ ਭੇਦਭਾਵ ਦੇ। ਇਹਨਾਂ ਦੇ ਸਾਹਿਤ ਪ੍ਰੇਮੀਆਂ ਨੂੰ ਇੱਕ ਭਾਈਚਾਰੇ ਨਾਲ ਜੋੜਨਾ ਬਿਨਾਂ ਕਿਸੇ ਲੈਂਗੁਏਜ ਦੇ, ਰੇਸ ਦੇ, ਕਾਸਟ ਦੇ ਬੇਸ ਤੋਂ ਬਿਨਾਂ ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਜੋੜਨਾ ਸੀ। ਤੇ ਇਸ ਲੀਗ ਨੇ, ਇਸ ਸੰਘ ਨੇ ਉਸ ਸਮੇਂ ਦੇ ਕਵੀਆਂ ਨੂੰ, ਵਿਜੁਅਲ ਆਰਟਿਸਟ ਅਤੇ ਪਰਫਾਰਮਿੰਗ ਆਰਟਿਸਟ ਨੂੰ ਇੱਕ ਨਵਾਂ ਉਤਸ਼ਾਹ ਦਿੱਤਾ ਅਤੇ ਉਹਦੇ ਵਿੱਚ ਉਹਨਾਂ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਅਹਿਮ ਭੂਮਿਕਾ ਵੀ ਨਿਭਾਈ। ਸਮਾਂ ਦੇ ਨਾਲ ਨਾਲ ਇਹ ਮਸ਼ਹੂਰ ਹੁੰਦਾ ਗਿਆ ਅਤੇ ਇਸਦੀ ਇਸਨੇ ਆਪਣੀ ਸ਼ਾਹਦੀਨ ਬਿਲਡਿੰਗ ਵਿੱਚ ਆਪਣਾ ਲਿਟਰੇਰੀ ਲੀਗ ਹਾਲ ਵੀ ਬਣਾਇਆ, ਜੋ ਕਿ ਬਾਅਦ ਵਿੱਚ ਅੱਗੇ ਜਾ ਕੇ ਆਰਟ ਗੈਲਰੀ ਦਾ ਕੰਮ ਕਰਦਾ ਹੈ ਅਤੇ ਇਹਦੇ ਵਿੱਚ ਬੀਸੀ ਸਾਰਨਿਆਲ, ਅਮਿਤਾ ਸ਼ੇਰਗਿੱਲ ਇਹਨਾਂ ਨੇ ਆਪਣੇ ਕਲਾ ਪ੍ਰਦਰਸ਼ਨੀਆਂ ਵੀ ਲਗਾਈਆਂ ਉਸ ਸਮੇਂ, ਕਿਉਂਕਿ ਉਸ ਟਾਈਮ ਸ਼ਹਿਰ ਵਿੱਚ ਕੋਈ ਆਰਟ ਗੈਲਰੀ ਨਹੀਂ ਸੀ ਅਤੇ ਸੱਭਿਆਚਾਰਕ ਸਮਾਗਮ ਦੀ ਵੀ ਇਹ ਮੁੱਖ ਥਾਂ ਬਣ ਗਈ ਸੀ। ਅਬਦੁਲ ਰਹਿਮਾਨ ਚੁਗਤਾਈ ਜੀ ਵੀ ਇਸਦਾ ਹਿੱਸਾ ਬਣਦੇ ਹਨ। ਇਸ ਸੰਘ ਦੇ ਦਾ ਊਸ਼ਾ ਨਾਂ ਦੇ ਨਾਂ ਨਾਲ ਇੱਕ ਰਸਾਲਾ ਵੀ ਕੱਢਿਆ, ਜੋ ਕਿ ਕਲਾ ਅਤੇ ਸਾਹਿਤ ਦੋਹਾਂ ਦੇ ਨਾਲ ਜੁੜੀ ਹੋਈ ਸੀ। ਇਸ ਲਈ ਇਸ ਵਿੱਚ ਸਾਹਿਤ ਦੇ ਨਾਲ ਨਾਲ ਕਲਾ ਸਮੀਖਿਆ, ਕਲਾ ਪ੍ਰਦਰਸ਼ਨੀਆਂ ਅਤੇ ਆਰਟਿਸਟ ਬਾਰੇ ਵੀ ਕਈ ਵਾਰੀ ਕੁਛ ਇਨਫੋਰਮੇਸ਼ਨ ਛਾਪਦੀ ਹੁੰਦੀ ਸੀ। ਤੇ 1942 ਵਿੱਚ ਅਮਿਤਾ ਸ਼ੇਰਗਿੱਲ ਦੀ ਮੌਤ ਤੋਂ ਬਾਅਦ ਇੱਕ ਯਾਦਗਾਰੀ ਅੰਕ ਵੀ ਕੱਢਿਆ ਜਾਂਦਾ ਹੈ, ਜਿਹਦੇ ਵਿੱਚ ਅਮਿਤਾ ਸ਼ੇਰਗਿੱਲ ਦੀ ਇੱਕ ਵਿਸਤਾਰ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦੇ ਕੰਮਾਂ ਦੀ ਵੀ। ਇਸ ਤੋਂ ਬਾਅਦ
ਜੇ ਆਪਾਂ ਅੱਗੇ ਡਿਸਕਸ ਕਰੀਏ ਤਾਂ ਲਾਹੌਰ ਵਿੱਚ ਇੱਕ ਆਡਾ ਕਲਚਰ ਆ ਰਿਹਾ ਸੀ। ਆਡਾ ਕਲਚਰ ਬੇਸਿਕਲੀ ਹੁੰਦਾ ਹੈ ਜਿਹਦੇ ਵਿੱਚ ਸਾਰੇ ਆਰਟਿਸਟ ਇਕੱਠੇ ਹੁੰਦੇ ਹਨ। ਆਰਟਿਸਟ ਸਿਰਫ ਪੇਂਟਰਸ ਨਹੀਂ, ਆਰਟਿਸਟ ਰਾਈਟਰਸ, ਥਿਓਰੇਟੀਸ਼ੀਅਨਸ, ਸਿੰਗਰਸ, ਪੋਇਟ, ਥੀਏਟਰ ਨਾਲ ਜੁੜੇ ਹੋਏ ਲੋਕ, ਇਹ ਸਾਰੇ ਸ਼ਾਮ ਨੂੰ ਇਕੱਠੇ ਹੁੰਦੇ ਸਨ, ਡਿਸਕਸ ਕਰਦੇ ਸਨ, ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਸਨ। ਇਹਦੇ ਵਿੱਚ ਜਿਹੜਾ ਮੁੱਖ ਅੱਡਾ ਹੈ ਉਹ ਬਣਦਾ ਹੈ ਬਦਰੀ ਪ੍ਰਸ਼ਾਦ ਸ਼ਿੰਗਲੂ ਅਤੇ ਅਬਦੁਲ ਰਹਿਮਾਨ ਚੁਗਤਈ ਦਾ ਸਟੂਡੀਓ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਬੀਸੀ ਸਾਨਿਆਲ ਜੀ ਨੇ 1937 ਵਿੱਚ ਮੇਅਰ ਸਕੂਲ ਆਫ ਆਰਟ ਛੱਡਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਲਾਹੌਰ ਸਕੂਲ ਆਫ ਫਾਈਨ ਆਰਟਸ ਦੇ ਨਾਲ ਨਾਲ ਆਪਣਾ ਸਟੂਡੀਓ ਕਮ ਵਰਕਸ਼ਾਪ ਕਮ ਸਕੂਲ ਸਥਾਪਿਤ ਕੀਤਾ ਸੀ 1937 ਵਿੱਚ, ਤੇ ਸ਼ਹਿਰ ਦੇ ਕਲਾ ਪ੍ਰੇਮੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਇਹ ਕਲਾ ਸਟੂਡੀਓ ਵਰਕਸ਼ਾਪ ਤੇ ਸਕੂਲ ਜੋ ਬਹੁਤ ਕੀਨ ਸਨ, ਬਹੁਤ ਜ਼ਿਆਦਾ ਆਰਟ ਦੇ ਪ੍ਰਤੀ ਜਾਗਰੂਕ ਹੋਣਾ ਚਾਹੁੰਦੇ ਸਨ, ਉਹਨਾਂ ਨੂੰ ਜੁੜਨ ਲਈ ਇੱਕ ਮੇਨ ਅੱਡਾ ਮਿਲਦਾ ਹੈ ਲਾਹੌਰ ਸਕੂਲ ਆਫ ਫਾਈਨ ਆਰਟਸ। ਤੇ ਇਹਦੇ ਵਿੱਚ ਹਰਕ੍ਰਿਸ਼ਨ ਲਾਲ, ਅਮਰਨਾਥ ਸਹਿਗਲ, ਕ੍ਰਿਸ਼ਨ ਖੰਨਾ, ਪ੍ਰਾਣਨਾਥ ਮਹਿਬੂਬ ਮਾਗੋ, ਦਮਯੰਤੀ ਬਤਰਾ ਅਤੇ ਰਤਨਾ ਮਾਥੁਰ ਇਸ ਵਿੱਚ ਸ਼ਾਮਿਲ ਹੁੰਦੇ ਹਨ। ਬੱਚਿਆਂ ਨੂੰ ਪੜ੍ਹਾਉਣ ਲਈ ਰੂਪ ਕ੍ਰਿਸ਼ਨਾ ਤੇ ਮੈਰੀ ਕ੍ਰਿਸ਼ਨਾ ਨੇ ਇੱਥੇ ਬੀਸੀ ਸਾਨਿਆਲ ਜੀ ਦਾ ਸਾਥ ਦਿੱਤਾ। ਹੌਲੀ ਹੌਲੀ ਪੰਜਾਬ ਲਿਟਰੀ ਲੀਗ ਨੇ ਲਾਹੌਰ ਸਕੂਲ ਆਫ ਫਾਈਨ ਆਰਟਸ ਨਾਲ ਰਲ ਕੇ ਕਾਫੀ ਕੰਮ ਕੀਤੇ। ਪਹਿਲਾਂ 10 ਸਾਲ ਤਾਂ ਜੇ ਆਪਾਂ ਗੱਲ ਕਰੀਏ ਲਾਹੌਰ ਸਕੂਲ ਆਫ ਆਰਟ ਦੀ, ਉਹ ਸਾਨਿਆਲ ਸਟੂਡੀਓ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਰਿਹਾ, ਕਿਉਂਕਿ ਇੱਕ ਇਨਫੋਰਮਲ ਪਲੇਸ ਸੀ ਜਿੱਥੇ ਸਾਰੇ ਆਰਟਿਸਟ, ਆਰਟ ਲਵਰਸ ਤੇ ਰਾਈਟਰਸ, ਸਿੰਗਰਸ ਇਕੱਠੇ ਹੁੰਦੇ ਸਨ ਤੇ ਉਹਨਾਂ ਦਾ ਡਿਸਕਸ਼ਨ ਚੱਲਦਾ ਸੀ ਕਿ ਆਰਟ ਨੂੰ ਪ੍ਰਮੋਟ ਕਰਨ ਲਈ ਹੋਰ ਕੀ ਕੀਤਾ ਜਾ ਸਕਦਾ ਹੈ। 1941 ਵਿੱਚ ਜਦੋਂ ਅਮ੍ਰਿਤਾ ਸ਼ੇਰਗਿੱਲ ਲਾਹੌਰ ਵਿੱਚ ਆਉਂਦੇ ਹਨ ਤੇ ਗੰਗਾ ਰਾਮ ਮੈਂਸ਼ਨ ਵਿੱਚ, ਜੋ ਕਿ ਮਾਲ ਰੋਡ ਤੇ ਹੈ ਲਾਹੌਰ ਵਿੱਚ, ਆਪਣਾ ਸਟੂਡੀਓ ਉੱਥੇ ਬਣਾਉਂਦੇ ਹਨ, ਉਹ ਲੇਖਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਦੇ ਇਕੱਠੇ ਹੋਣ ਦਾ ਮੁੱਖ ਥਾਂ ਤੇ ਅੱਡਾ ਬਣ ਜਾਂਦਾ ਹੈ। ਪਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਤੀ ਵਿਕਟਰ ਨੇ ਸਾਰੇ ਅਮ੍ਰਿਤਾ ਸ਼ੇਰਗਿੱਲ ਜੀ ਦੇ ਸਾਰੇ ਬ੍ਰਸ਼, ਪੇਂਟ, ਪੈਲੇਟ ਸਭ ਕੁਝ ਸਾਨਿਆਲ ਜੀ ਨੂੰ ਦੇ ਦਿੱਤਾ ਸੀ, ਜੋ ਕਿ ਅਮ੍ਰਿਤਾ ਸ਼ੇਰਗਿੱਲ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਉਹਨਾਂ ਦੇ ਕੰਮ ਨੂੰ ਉਹਨਾਂ ਨੇ ਬਹੁਤ ਫੋਲੋ ਕੀਤਾ ਤੇ ਇੰਸਪੀਰੇਸ਼ਨ ਲਿੱਤੀ, ਕਿਉਂਕਿ ਅਮ੍ਰਿਤਾ ਸ਼ੇਰਗਿੱਲ ਜੀ ਦਾ ਮਾਡਰਨ ਆਰਟਿਸਟ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ ਅੱਗੇ ਚੱਲ ਕੇ, ਤੇ ਉਸ ਟਾਈਮ ਦੀ ਉਹਨਾਂ ਨੇ ਆਪਣੇ ਜਿਹੜੇ ਸਮਕਾਲੀਨ ਕਲਾਕਾਰ ਸੀਗੇ ਉਹਨਾਂ ਉੱਤੇ ਵੀ ਕਾਫੀ ਪ੍ਰਭਾਵ ਪਾਇਆ। ਪਰ ਸਮੇਂ ਦੀ ਵੰਡ ਨਾਲ ਜਦੋਂ ਬੀਸੀ ਸਾਨਿਆਲ ਲਾਹੌਰ ਛੱਡ ਕੇ ਜਾਂਦੇ ਹਨ ਤਾਂ ਇਹ ਸਾਰਾ ਸਮਾਨ ਉਹਨਾਂ ਦਾ ਲਾਹੌਰ ਦੇ ਸਟੂਡੀਓ ਵਿੱਚ ਹੀ ਰਹਿ ਜਾਂਦਾ ਹੈ। ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਵਿੱਚ 1958 ਵਿੱਚ ਇੱਕ ਇਹ ਬੇਸ਼ੱਕ ਟਿਪੀਕਲ ਆਰਟਿਸਟਿਕ ਬੇਸ ਗਰੁੱਪ ਨਹੀਂ ਹੈ, ਪਰ ਇਹ ਇਸਦਾ ਕਾਫੀ ਅਹਿਮ ਰੋਲ ਹੈ ਆਰਟਿਸਟ ਨੂੰ ਐਨਕਰੇਜ ਕਰਨ ਲਈ, ਉਹਨਾਂ ਨੂੰ ਮੋਟੀਵੇਟ ਕਰਨ ਲਈ, ਜਿਸਦਾ ਨਾਂ ਹੈ ਭੂਤਵਾੜਾ, ਜੋ ਕਿ ਇੱਕ ਇਨਫੋਰਮਲ ਗਰੁੱਪ ਸੀ। ਇਹਦਾ ਨਾਮ ਮੈਨੂੰ ਬੜਾ ਇੰਟਰਸਟਿੰਗ ਲੱਗਦਾ ਹੈ ਭੂਤਵਾੜਾ, ਕਿਉਂਕਿ ਇਹ ਪਟਿਆਲਾ ਵਿੱਚ ਬਣਦਾ ਹੈ, ਬੁੱਧੀਜੀਵੀਆਂ ਨੇ ਤੇ ਮਹਿੰਦਰਾ ਕਾਲਜ ਦੇ ਅਧਿਆਪਕ ਅਤੇ ਸਟੂਡੈਂਟਸ ਨੇ ਮਿਲ ਕੇ ਇਸਨੂੰ ਬਣਾਇਆ ਸੀ, ਤੇ ਇਸਦੇ ਭੂਤ ਜਿਹੜੇ ਮੈਂਬਰ ਸਨ ਉਹਨਾਂ ਨੂੰ ਭੂਤ ਕਿਹਾ ਜਾਂਦਾ ਹੈ, ਕਿਉਂਕਿ ਇਸ ਕਰਕੇ ਉਹਨਾਂ ਨੂੰ ਭੂਤ ਕਿਹਾ ਜਾਂਦਾ ਹੈ ਕਿਉਂਕਿ ਸਾਰੇ ਜਿਹੜੇ ਇਸ ਗਰੁੱਪ ਦੇ ਮੈਂਬਰ ਸਨ ਉਹ ਸਾਰੀ ਰਾਤ ਜਾਗਦੇ ਸਨ, ਸਾਰੀ ਰਾਤ ਉਹਨਾਂ ਦੀ ਡਿਸਕਸ਼ਨ ਹੁੰਦੀਆਂ ਸਨ, ਐਂਡਲੈਸ ਡਿਸਕਸ਼ਨ ਹੁੰਦੀਆਂ ਸਨ, ਫਿਲੋਸਫੀ, ਥੀਏਟਰ, ਲਿਟਰੇਚਰ, ਆਰਟ ਅਤੇ ਹੋਰ ਵੀ ਕਈ ਸਬਜੈਕਟ ਸਨ। ਤੇ ਹਰਦਿਲਜੀਤ ਸਿੰਘ ਸਿੱਧੂ, ਜਿਹਨਾਂ ਦਾ ਪਾਪੂਲਰ ਨੇਮ ਲਾਲੀ ਜੀ ਹੈ, ਉਹ ਇਸਦੇ ਮੁੱਖ ਮੈਂਬਰ ਸਨ। ਉਸ ਤੋਂ ਇਲਾਵਾ ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਸੁਰਜੀਤ ਸਿੰਘ, ਸੁਰਜੀਤ ਲੀ, ਸਤਿੰਦਰ ਨੂਰ, ਗੁਰਭਗਤ ਸਿੰਘ, ਕੁਲਵੰਤ ਗਰੇਵਾਲ, ਪ੍ਰੇਮ ਪਾਲੀ ਇਸਦੇ ਮੁੱਖ ਭੂਤ ਸਨ। ਤੇ ਲਾਲੀ ਜੀ ਆਪਣੇ ਆਪ ਵਿੱਚ ਮਗਨ ਰਹਿਣ ਵਾਲਾ ਇੱਕ ਕੈਰੇਕਟਰ ਹਨ, ਜਿਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਪਰ ਉਹ ਬੱਚਿਆਂ ਵਿੱਚ, ਖਾਸ ਕਰ ਉਹਨਾਂ ਦਾ ਗਵਰਨਮੈਂਟ ਕਾਲਜ ਆਫ ਆਰਟ ਦੇ ਸਟੂਡੈਂਟਸ ਵਿੱਚ, ਸਟੂਡੈਂਟਸ ਦੇ ਨਾਲ ਇੱਕ ਰਿਲੇਸ਼ਨ ਸੀ, ਜਿਵੇਂ ਆਪਾਂ ਕਹਿ ਸਕਦੇ ਹਾਂ ਸਿਧਾਰਥ, ਰਾਜਕੁਮਾਰ, ਸੰਜੀਵ ਸੋਨੀ, ਕਮਲ ਧਾਲੀਵਾਲ ਜੀ, ਇਹਨਾਂ ਵਿਦਿਆਰਥੀਆਂ ਨਾਲ, ਇਹਨਾਂ ਨੌਜਵਾਨ ਵਿਦਿਆਰਥੀਆਂ ਨਾਲ ਉਹਨਾਂ ਨੇ ਕਾਫੀ ਸਮਾਂ ਆਪਣਾ ਬਤੀਤ ਕੀਤਾ। ਉਹਨਾਂ ਦੇ ਨਾਲ ਉਹਨਾਂ ਦੇ ਹੌਸਟਲ ਜਾਂਦੇ ਸਨ, ਉਹਨਾਂ ਦੇ ਜਿਹੜੇ ਕਮਰੇ ਲਿੱਤੇ ਹੋਏ ਸਨ ਪੀਜੀ ਵਗੈਰਾ, ਉੱਥੇ ਵੀ ਜਾ ਕੇ ਉਹ ਉਹਨਾਂ ਨਾਲ ਸਾਰੀ ਰਾਤ ਡਿਸਕਸ਼ਨ ਕਰਦੇ ਹੁੰਦੇ ਸਨ, ਤੇ ਉਹਨਾਂ ਨੂੰ
ਮੋਟੀਵੇਟ ਕਰਦੇ ਸਨ, ਉਤਸ਼ਾਹਿਤ ਕਰਦੇ ਸਨ ਕਿ ਉਹ ਨਾ ਸਿਰਫ ਦੇਸ਼ ਦੇ ਲੇਖਕਾਂ ਨੂੰ ਪੜ੍ਹਨ ਬਲਕਿ ਅੰਤਰਰਾਸ਼ਟਰੀ ਲੇਖਕਾਂ ਨੂੰ ਪੜ੍ਹਨ, ਅੰਤਰਰਾਸ਼ਟਰੀ ਫਿਲਮਾਂ ਨੂੰ ਵੇਖਣ ਤੇ ਅੰਤਰਰਾਸ਼ਟਰੀ ਲਿਟਰੇਚਰ ਦੇ ਨਾਲ ਉਹਨਾਂ ਨੂੰ ਉਹ ਵਾਕਫ ਕਰਵਾਉਂਦੇ ਹੁੰਦੇ ਸਨ। ਇਹ ਸਾਰੀ ਗੱਲਾਂ ਮੈਨੂੰ ਕਮਲ ਧਾਲੀਵਾਲ ਜੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ। ਤੇ ਇਸ ਤੋਂ ਬਿਨਾਂ ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਪੰਜਾਬ ਵਿੱਚ ਕਾਫੀ ਸਾਰੇ ਹੋਰ ਵੀ ਆਰਟ ਸੋਸਾਇਟੀਜ਼ ਦੇ ਗਰੁੱਪਸ ਬਣਦੇ ਨੇ, ਉਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਐਂਡਲੈਸ ਡਿਸਕਸ਼ਨ ਬਣ ਸਕਦੀ ਹੈ। ਪਰ ਕਈ ਵਾਰੀ ਕਿਉਂਕਿ ਮੈਂ ਇਹਨਾਂ ਸਾਰਿਆਂ 'ਚ ਮੈਂ ਇੱਕ ਗੱਲ ਦੱਸਣਾ ਚਾਹਾਂਗੀ ਕਿ ਮੈਂ ਜਿਹੜੀ ਸੋਸਾਇਟੀਜ਼ ਬਾਰੇ ਦੱਸਿਆ ਹੈ ਇਹਦਾ ਮੈਂ ਸਿਰਫ ਇੱਕ ਬਰੀਫ ਦੱਸਿਆ ਹੈ। ਇਹਨਾਂ ਦੀ ਜਿਹੜੀ ਐਕਟੀਵਿਟੀਜ਼ ਹੈ, ਮੈਂਬਰਸ ਦੀ ਲਿਸਟ ਹੈ ਤੇ ਇਹ ਵਾਈਜ਼ ਜਿਹੜਾ ਉਹਨਾਂ ਦਾ ਡਿਸਕ੍ਰਿਪਸ਼ਨ ਹੈ ਉਹ ਮੈਂ ਨਹੀਂ ਦੱਸਿਆ ਇਹਦੇ ਵਿੱਚ। ਇਹਦੇ ਵਿੱਚ ਸਿਰਫ ਇਹਨਾਂ ਦਾ ਇੱਕ ਬਰੀਫ ਡਿਸਕ੍ਰਿਪਸ਼ਨ ਹੈ। ਇਸ ਤੋਂ ਬਾਅਦ ਪੰਜਾਬ ਵਿੱਚ ਲੂਜ਼ ਗਰੁੱਪ ਆਉਂਦਾ ਹੈ 1966 ਵਿੱਚ, ਜੋ ਕਿ ਸ਼ਿਵ ਸਿੰਘ, ਸੋਹਨ ਕਾਦਰੀ, ਹਰਦੇਵ ਸਿੰਘ ਮਿਲ ਕੇ ਬਣਾਉਂਦੇ ਹਨ। ਪਰ 1967 ਵਿੱਚ ਇਹ ਡਿਫੰਕਟ ਹੋ ਜਾਂਦਾ ਹੈ ਕਿਉਂਕਿ ਇਸਦੇ ਮੈਂਬਰ ਆਪਸ ਵਿੱਚ ਦੂਰ ਹੋ ਜਾਂਦੇ ਹਨ। ਸੋਹਨ ਕਾਦਰੀ ਜੀ ਦੇਸ਼ ਛੱਡ ਕੇ ਕੋਪਨਹੈਗਨ ਵਿੱਚ ਜਾ ਕੇ ਸੈਟਲ ਹੋ ਜਾਂਦੇ ਹਨ। ਫਿਰ ਨਿਊ ਪ੍ਰੋਗਰੈਸਿਵ ਪੰਜਾਬ ਗਰੁੱਪ ਦੀ ਗੱਲ ਕਰਦੇ ਹਨ ਜੋ ਕਿ 1969 ਵਿੱਚ ਬਣਦਾ ਹੈ। ਇਸਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਮਿਲੀ, ਬਹੁਤ ਥੋੜੀ ਜਿਹੀ ਇਨਫੋਰਮੇਸ਼ਨ ਹੈ। ਸਿਰਫ ਇਹਦੇ ਮੈਂਬਰ ਸਨ ਜੋ ਕਿ ਸਕਲਪਚਰ ਸਨ, ਓਪੀ ਵਰਮਾ ਤੇ ਕੇਕੇ ਸ਼ਰਮਾ ਜੋ ਕਿ ਪੇਂਟਰਸ ਅਤੇ ਸਕਲਪਚਰ ਸਨ, ਇਸਦੇ ਮੈਂਬਰ ਬਣੇ। ਪਰ ਇਹ ਵੀ ਜ਼ਿਆਦਾ ਦੇਰ ਨਾ ਚਲੀ, ਥੋੜੇ ਟਾਈਮ ਤੋਂ ਬਾਅਦ ਇਹ ਵੀ ਡਿਫੰਕਟ ਹੋ ਗਈ। ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਇੱਕ ਆਰਟਿਸਟ ਗਰੁੱਪ ਬਣਦਾ ਹੈ ਤਿਆਸ ਕਰਕੇ, 13 ਆਰਟਿਸਟ ਸਿੰਪੋਜ਼ੀਅਮ 1986 ਵਿੱਚ, ਦ ਆਰਟਿਸਟ ਗਿਲਡ ਹੁਸ਼ਿਆਰਪੁਰ। ਇਹਦੇ ਵਿੱਚ ਜਸਪਾਲ ਸਿੰਘ ਜੀ ਦੇ ਫਾਊਂਡਰ ਮੈਂਬਰ ਹਨ। ਤੇ ਇਹਦਾ ਵੀ ਮੇਨ ਪਰਪਸ ਇਹੀ ਹੈ ਕਿ ਜੇ ਉੱਥੇ ਦੇ ਸਟੂਡੈਂਟ ਅਤੇ ਟੀਚਰਸ ਨੂੰ ਆਰਟ ਦੇ ਨਾਲ ਜੋੜ ਕੇ ਰੱਖਣਾ ਅਤੇ ਆਰਟ ਐਕਟੀਵਿਟੀਜ਼ ਨੂੰ ਐਨਕਰੇਜ ਕਰਨਾ। ਫਿਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਬਠਿੰਡਾ ਵਿੱਚ 1989 ਵਿੱਚ ਬਣਦੀ ਹੈ, ਜਿਸਦਾ ਵੀ ਮੁੱਖ ਉਦੇਸ਼ ਹੈ ਆਪਣੇ ਸ਼ਹਿਰ ਦੇ ਆਰਟ ਐਕਟੀਵਿਟੀਜ਼ ਨੂੰ ਪ੍ਰਮੋਟ ਕਰਨਾ। ਇਹ ਹੁਣ ਵੀ ਐਕਟਿਵ ਹੈ ਤੇ ਕਾਫੀ ਸਾਰੇ ਕੰਪੀਟੀਸ਼ਨ, ਵਰਕਸ਼ਾਪਸ ਬੱਚਿਆਂ ਲਈ ਕਰਵਾਉਂਦੀ ਰਹਿੰਦੀ ਹੈ। ਤੇ ਐਂਡ ਵਿੱਚ ਮੈਂ ਦੱਸਾਂਗੀ ਕਿ ਲੁਧਿਆਣਾ ਵਿੱਚ ਇੱਕ ਆਰਟ ਸੁਸਾਇਟੀ ਹੈ, ਕਲਪਨਾ ਫਾਈਨ ਆਰਟ ਸੁਸਾਇਟੀ, 1989 ਵਿੱਚ ਜੋ ਕਿ ਬਣਦੀ ਹੈ, ਅਤੇ ਇੱਕ ਰਜਿਸਟਰ ਸੁਸਾਇਟੀ ਸੀ। ਇਸਦੇ ਮੁੱਖ ਮੈਂਬਰ ਦਿਲਬਾਗ ਸਿੰਘ, ਹਰੀਮੋਹਨ ਜੀ, ਇਹ ਇਸਦੇ ਮੇਨ ਮੈਂਬਰ ਹਨ। ਤੇ ਇਹਨਾਂ ਦਾ ਉਹਨਾਂ ਨੇ ਇੱਕ ਬੜਾ ਇੰਟਰਸਟਿੰਗ, ਜਾਂ ਮੈਨੂੰ ਹਰੀਮੋਹਨ ਜੀ ਨੇ ਆਪਣਾ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਸੋਸਾਇਟੀ ਕਿਉਂ ਬਣਾਈ ਸੀ, ਕਿਉਂਕਿ ਇਹ ਦੋਨੋਂ ਦਿਲਬਾਗ ਸਿੰਘ ਜੀ ਅਤੇ ਹਰੀਮੋਹਨ ਜੀ ਮਿਲ ਕੇ ਇੱਕ ਐਗਜੀਬਿਸ਼ਨ ਵਿੱਚ ਆਪਣਾ ਕੰਮ ਦੇਣ ਜਾਂਦੇ ਹਨ, ਪਰ ਰੀਅਲਿਸਟਿਕ ਹੋਣ ਕਰਕੇ ਉਹਨਾਂ ਦੇ ਕੰਮ ਨੂੰ ਨਕਾਰ ਦਿੱਤਾ ਜਾਂਦਾ ਹੈ ਕਿ ਤੁਹਾਡਾ ਕੰਮ ਰੀਅਲਿਸਟਿਕ ਹੈ, ਅਸੀਂ ਐਕਸੈਪਟ ਨਹੀਂ ਕਰਨਾ। ਤੇ ਇਹ ਗੱਲ ਹਰੀਮੋਹਨ ਜੀ ਨੂੰ ਬਹੁਤ ਚੁੱਭਦੀ ਹੈ ਤੇ ਇਸ ਕਰਕੇ ਉਹ ਆਪਣੇ ਬਾਕੀ ਸਾਥੀਆਂ ਨੂੰ ਮਿਲਾ ਕੇ ਇੱਕ ਸੋਸਾਇਟੀ ਬਣਾਉਂਦੇ ਹਨ, ਕਲਪਨਾ ਫਾਈਨ ਆਰਟ ਸੋਸਾਇਟੀ। ਪਹਿਲਾਂ ਇਹ ਸੋਸਾਇਟੀ ਦਾ ਨਾਮ ਸੋਭਾ ਸਿੰਘ ਮੈਮੋਰੀਅਲ ਗਰੁੱਪ ਰੱਖਿਆ ਗਿਆ, ਪਰ ਇਹ ਰਜਿਸਟਰ ਨਹੀਂ ਹੋ ਪਾਇਆ, ਤਾਂ ਕਰਕੇ ਇਹਨਾਂ ਨੇ ਇਸਦਾ ਨਾਮ ਕਲਪਨਾ ਫਾਈਨ ਆਰਟ ਸੋਸਾਇਟੀ ਰੱਖਿਆ। ਇਹ ਸੋਸਾਇਟੀ ਸੋਭਾ ਸਿੰਘ ਜੀ ਨੂੰ ਡੈਡੀਕੇਟਿਡ ਕਰਕੇ ਉਹਨਾਂ ਦੇ ਜਿਹੜੇ ਐਕਡੈਮਿਕ ਰਿਅਲਿਸਟਿਕ ਆਰਟ ਨੂੰ ਪ੍ਰਮੋਟ ਕਰਨ ਲਈ ਬਣਾਈ ਗਈ, ਮੁੱਖ ਤੌਰ ਤੇ ਹਰੀਮੋਹਨ ਸਿੰਘ, ਦਿਲਬਾਗ ਸਿੰਘ, ਜਸਵੰਤ ਸਿੰਘ ਇਸਦੇ ਫਾਊਂਡਰ ਮੈਂਬਰ ਹਨ। ਤੇ ਇਹਨਾਂ ਨੇ ਸਟਾਰਟਿੰਗ ਵਿੱਚ ਇਸਦੀ ਫੀਸ ਵੀ ਪੇ ਕੀਤੀ 200-300 ਰੁਪਏ, ਪਰ ਉਸ ਤੋਂ ਬਾਅਦ ਇਹ ਕਈ ਵਾਰੀ ਹੁੰਦਾ ਸੀ ਕਿ ਕੋਈ ਐਗਜੀਬਿਸ਼ਨ ਹੁੰਦੀ ਸੀ ਤੇ ਐਗਜੀਬਿਸ਼ਨ ਆਰਗੇਨਾਈਜ਼ ਕਰਦੇ ਹੋਏ ਜਦੋਂ ਪੈਸੇ ਦੀ ਘਾਟ ਹੋ ਜਾਂਦੀ ਸੀ ਤਾਂ ਆਰਟਿਸਟ ਆਪਣੀ ਪੋਕਟ ਤੋਂ ਵੀ ਇਹਦੇ ਵਿੱਚ ਐਡ ਕਰਦੇ ਸਨ, ਸੋ ਦੈਟ ਉਹ ਇਵੈਂਟਸ ਨੂੰ ਆਰਗੇਨਾਈਜ਼ ਕਰ ਸਕਣ। ਇਹ ਸੋਸਾਇਟੀ ਅੱਜ ਵੀ ਐਕਟਿਵ ਹੈ ਤੇ ਅੱਜ ਵੀ ਰੈਗੂਲਰ ਆਪਣੀ ਐਗਜੀਬਿਸ਼ਨ ਕਰਦੀ ਹੈ, ਹਰ ਇਹਨਾਂ ਦੀ ਸਾਲਾਨਾ ਐਗਜੀਬਿਸ਼ਨ ਹੁੰਦੀ ਹੈ। ਤੇ ਇਸਦੇ ਨਾਲ ਸੁਲਕਸ਼ਮਨ ਗਰਚਾ, ਮਨਮੋਹਨ ਸਿੰਘ, ਹਰਦੇਵ ਕੌਰ ਜੀ ਇਸਦੇ ਨਾਲ ਜੁੜੇ ਹੋਏ ਹਨ। ਤੇ ਇਸਦੇ ਨਾਲ ਮੈਂ ਆਪਣੇ ਲੈਕਚਰ ਨੂੰ ਵਾਈਂਡ ਅਪ ਕਰਦੀ ਹਾਂ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ, ਤੁਹਾਡਾ ਇੱਕ ਬੜਾ ਅੱਛਾ ਲੈਕਚਰ ਸਾਡੇ ਨਾਲ ਰਿਹਾ। ਸਵਾਲ ਕੁਛ ਮੇਰੇ ਕੋਲ ਮੌਜੂਦ ਨੇ ਜਿਨ੍ਹਾਂ ਤੇ ਗੱਲਬਾਤ ਅਸੀਂ ਚਾਹਾਂਗੇ। ਇੱਕ ਤੇ ਇਹ ਦੱਸੋ ਕਿ ਜਿਹੜੇ ਸਾਡੇ ਇੱਥੇ ਦਾ ਲੋਕਲ ਆਰਟ ਸੀ
ਉਹਨੂੰ ਜਿਸ ਤਰ੍ਹਾਂ ਬ੍ਰਿਟਿਸ਼ ਸਕੂਲ ਆ ਕੇ ਬਣਾਏ, ਉਹਨਾਂ ਨੇ ਉਸ ਆਰਟ ਨੂੰ ਅੱਗੇ ਵਧਾਇਆ ਜਾਂ ਆਪਣਾ ਆਰਟ ਇੱਥੇ ਆ ਕੇ ਵਧਾਇਆ, ਜਾਂ ਉਹਨਾਂ ਦੇ ਸਕੂਲ ਬਣਾਉਣ ਦੇ ਪਿੱਛੇ ਕੀ ਵਿਜ਼ਨ ਸੀ? ਮੇਨ ਰੀਜ਼ਨ ਇਹਦਾ ਹੀ ਸੀ ਕਿ ਉਹਨਾਂ ਦਾ ਕਰਾਫਟਮੈਨਸ਼ਿਪ ਨੂੰ ਪਾਪੂਲਰ ਕਰਨਾ ਸੀ, ਜਿਹੜਾ ਆਪਣਾ ਮੈਂ ਦੱਸਿਆ ਕਿ ਨੀਡਲ ਵਰਕ ਹੈ, ਲੈਦਰ ਵਰਕ ਹੈ, ਵੁੱਡ ਵਰਕ ਹੈ, ਤੇ ਇਹਦੇ ਵਿੱਚ ਕਲਾਕਾਰਾਂ ਨੂੰ ਜਿਹੜੇ ਅਤੇ ਕਰਾਫਟਸਮੈਨ ਸੀ ਉਹਨਾਂ ਨੂੰ ਕਾਰੀਗਰਾਂ ਨੂੰ ਟ੍ਰੇਨਿੰਗ ਦੇਣਾ ਸੀ ਸਟਾਰਟਿੰਗ ਵਿੱਚ। ਇਹਦੇ ਵਿੱਚ ਕੋਈ ਐਂਟਰੈਂਸ ਟੈਸਟ ਨਹੀਂ ਹੁੰਦਾ ਸੀ, ਬਸ ਬੱਚਿਆਂ ਨੂੰ ਐਡਮਿਟ ਕਰ ਲਿਆ ਜਾਂਦਾ ਸੀ। ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਪੁੱਛਿਆ ਕਿ ਉਹਨਾਂ ਨੇ ਆਪਣਾ ਆਰਟ ਜ਼ਿਆਦਾ ਪ੍ਰਮੋਟ ਕੀਤਾ ਹੈ ਕਿਉਂਕਿ ਇੱਕ ਨਵਾਂ ਮੀਡੀਅਮ ਆ ਰਿਹਾ ਸੀ ਭਾਰਤ ਵਿੱਚ, ਦੇਸ਼ ਵਿੱਚ ਨਵਾਂ ਮੀਡੀਅਮ ਆਉਣ ਦੇ ਨਾਲ ਆਰਟਿਸਟ ਵਿੱਚ ਵੀ ਕਿਉਰਿਓਸਿਟੀ ਆ ਜਾਂਦੀ ਹੈ, ਤੇ ਉਹਨਾਂ ਨੇ ਵਾਟਰ ਕਲਰ, ਆਇਲ ਕਲਰਸ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਜੀ, ਜ਼ਿਲ੍ਹੇ ਆਲਰੇਡੀ ਇੱਥੇ ਕਰ ਰਹੇ ਸਨ ਕੰਮ ਆਰਟਿਸਟ ਜ਼ਿਲ੍ਹੇ, ਉਹ ਅਗਰ ਅਸੀਂ ਕੰਮ ਵੇਖੀਏ ਉਹਨਾਂ ਦਾ, ਮਿਨੀਏਚਰਸ ਵੇਖ ਲਓ ਜਾਂ ਪੇਂਟਿੰਗ ਜਾਂ ਜੋ ਵੀ ਉਹਨਾਂ ਦਾ ਅਸੀਂ ਵੇਖਦੇ ਹਾਂ ਕੰਮ, ਉਹ ਹਾਂਜੀ, ਕੰਮ ਕਿਸੇ ਇੰਸਟੀਟਿਊਟ ਦੇ ਅੰਡਰ ਨਹੀਂ ਹੋ ਰਿਹਾ ਸੀ ਪਹਿਲੇ, ਜਾਂ ਇੱਥੇ ਦੇ ਇੰਸਟੀਟਿਊਟ ਜਿਹੜੇ ਸਨ ਬਿਲਕੁਲ ਆਜ਼ਾਦ ਸਨ, ਉਹਨਾਂ 'ਚ ਹੋ ਰਿਹਾ ਸੀ? ਨੀਚੇ ਆਪਾਂ ਮਿਨੀਏਚਰ ਪੇਂਟਿੰਗ ਦੀ ਗੱਲ ਕਰੀਏ ਤਾਂ ਮਿਨੀਏਚਰ ਪੇਂਟਿੰਗ ਮੁਗਲ ਕਨਸੈਪਟ ਸੀ ਜੋ ਕਿ ਕਾਰਖਾਨੇ ਵਿੱਚ ਕੰਮ ਕਰਦੇ ਸਨ, ਉਹਨਾਂ ਦੀ ਜਿਹੜੀ ਵਰਕਸ਼ਾਪ ਹੁੰਦੀ ਸੀ ਮੁਗਲ ਟਾਈਮ ਤੇ ਉਸ ਨੂੰ ਕਾਰਖਾਨਾ ਬੋਲਿਆ ਜਾਂਦਾ ਸੀ, ਜਿੱਥੇ ਮਿਨੀਏਚਰ ਆਰਟਿਸਟ ਹਰ ਸਟਾਈਲ ਦਾ, ਜਿਵੇਂ ਕੋਈ ਡਰਾਇੰਗ ਵਿੱਚ ਐਕਸਪਰਟ ਹੈ, ਕੋਈ ਕਲਰਿੰਗ ਵਿੱਚ ਐਕਸਪਰਟ ਹੈ, ਤੇ ਉਹ ਸਾਰੇ ਮਿਲ ਕੇ ਉਸ ਵਰਕਸ਼ਾਪ ਵਿੱਚ ਕੰਮ ਕਰ ਰਹੇ ਸਨ। ਤੇ ਇਹੀ ਚੀਜ਼ ਅੱਗੇ ਚੱਲ ਕੇ ਪਹਾੜੀ ਰਾਜਾ ਦੇ ਨਾਲ ਆਉਂਦੀ ਹੈ। ਤੇ ਜਿਵੇਂ ਮੈਂ ਦੱਸਿਆ ਕਿ ਮੈਂ ਹੁਣੇ ਇੱਕ ਆਰਟੀਕਲ ਪੜ੍ਹ ਰਹੀ ਸੀ, ਉਹ ਬੜਾ ਇੰਟਰਸਟਿੰਗ ਸੀ ਕਿ ਇਹਦੇ ਵਿੱਚ ਜਿਹੜੇ ਆਰਟਿਸਟ ਸਨ ਉਹ ਸਪੈਸ਼ਲ ਆਰਟਿਸਟ ਨਹੀਂ ਸਨ, ਜਿਹੜੇ ਪਹਾੜੀ ਰਾਜਾ ਵਿੱਚ ਜਿਹੜੇ ਕਲਾਕਾਰ ਕੰਮ ਕਰ ਰਹੇ ਸਨ, ਸਗੋਂ ਉਹ ਫੁੱਲ ਟਾਈਮ ਐਜ਼ ਅ ਕਿਸਾਨ ਕੰਮ ਕਰਦੇ ਸਨ, ਤੇ ਕਈ ਵਾਰੀ ਉਹ ਟੈਕਸ ਵਿੱਚ ਆਪਣੀ ਪੇਂਟਿੰਗਸ ਵੀ ਦੇ ਦਿੰਦੇ ਸਨ। ਤੇ ਉਹਨਾਂ ਦਾ ਕੰਮ ਵੇਖ ਕੇ ਫਿਰ ਰਾਜੇ ਉਹਨਾਂ ਨੂੰ, ਜਿਹੜੇ ਸਰਪ੍ਰਸਤ ਉਹਨਾਂ ਨੂੰ ਹਾਇਰ ਕਰਦੇ ਸਨ ਆਪਣੀ ਪੇਂਟਿੰਗਸ ਬਣਾਉਣ ਦੇ ਲਈ ਜੋ ਕਿ ਮਿਨੀਏਚਰ ਸਟਾਈਲ ਵਿੱਚ ਹੁੰਦੀ ਸੀ। ਜੀ, ਤੁਸੀਂ ਕੀ ਇਹਦੇ ਤੇ ਗੱਲ ਕਰੋਗੇ ਕਿ ਜਿਹੜਾ ਸੋਸਾਇਟੀ ਨੂੰ ਕੰਟਰੋਲ ਕਰਨ ਦਾ ਜਿਹੜਾ ਸਿਲਸਿਲਾ ਸੀ, ਕੀ ਉਹ ਆਰਟ ਦੇ ਥਰੂ ਹੋ ਰਿਹਾ ਸੀ, ਕਿ ਆਰਟ ਜਾਂ ਜਿਹੜੇ ਉੱਥੇ ਦਾ ਆਰਟ ਐਂਡ ਆਰਕੀਟੈਕਚਰ ਜਿਹੜਾ ਸੀ ਉਹਨੂੰ, ਜਿਹੜੇ ਨੂੰ ਜਿਹੜਾ ਇੱਥੇ ਆਲਰੇਡੀ ਮੌਜੂਦ ਸੀ ਉਹਨੂੰ ਦੂਜੇ ਨਾਲ ਬਦਲ ਕੇ, ਜਾਂ ਇਹ ਕਿਹਾ ਜਾਵੇ ਕਿ ਜਿਹੜੇ ਇੱਥੇ ਆਰਟਿਸਟ ਸਨ ਜਾਂ ਇੱਥੇ ਜਿਹੜੀਆਂ ਚੀਜ਼ਾਂ ਸਨ ਆਲਰੇਡੀ ਮੌਜੂਦ ਸਨ ਉਹ ਸਾਇੰਟਿਫਿਕ ਨਹੀਂ ਸਨ ਜਾਂ ਉਹ ਐਡਵਾਂਸ ਨਹੀਂ ਸਨ? ਇਸ ਤੋਂ ਅਸੀਂ ਜਿਹੜਾ, ਯਾਨੀ ਬ੍ਰਿਟਿਸ਼ ਆ ਕੇ ਦੱਸ ਰਹੇ ਸਨ ਕਿ ਅਸੀਂ ਤੁਹਾਨੂੰ ਸਿਖਾ ਰਹੇ ਹਾਂ, ਉਹਦੇ ਥਰੂ ਆਪਣਾ ਏਜੰਡਾ ਵੀ ਉਹ ਪ੍ਰਮੋਟ ਕਰ ਰਹੇ ਹੋ। ਤੁਸੀਂ ਇਸ ਤਰ੍ਹਾਂ ਦੀ ਕੋਈ ਫਾਈਂਡਿੰਗ ਕੋਈ ਮਿਲਿਆ ਤੁਹਾਨੂੰ, ਇਸ ਤਰ੍ਹਾਂ ਦਾ ਕੋਈ ਸੁਰਾਗ? ਫਾਈਂਡਿੰਗਸ ਦਾ ਤਾਂ ਇਹ ਸੀ ਕਿ ਮੇਰੇ ਵੱਲੋਂ ਕਿ ਜਦੋਂ ਕੋਈ ਨਯਾ ਮੀਡੀਅਮ ਆਉਂਦਾ ਹੈ, ਕਦੇ ਜਦੋਂ ਵੀ ਕੋਈ ਨਈ ਚੀਜ਼ ਆਉਂਦੀ ਹੈ ਤਾਂ ਆਰਟਿਸਟ ਬੜੇ ਓਪਨ ਮਾਈਂਡਡ ਹੁੰਦੇ ਹਨ, ਦੇ ਆਰ ਰੈਡੀ ਟੂ ਐਕਸੈਪਟ ਐਵਰੀਥਿੰਗ, ਕਿਉਂਕਿ ਉਹਨਾਂ ਨੇ ਬੋਸ਼ ਵਿੱਚ ਵੀ ਕੰਮ ਕੀਤਾ ਹੈ, ਤੇ ਜਦੋਂ ਉਹਨਾਂ ਨੂੰ ਵਾਟਰ ਕਲਰ ਦਿਖਦਾ ਹੈ ਤੇ ਉਹ ਵਾਟਰ ਕਲਰ ਨੂੰ ਵੀ ਅਪਣਾ ਲੈਂਦੇ ਹਨ, ਤੇ ਜਦੋਂ ਉਹਨਾਂ ਨੂੰ ਰਿਅਲਿਜ਼ਮ ਵਿੱਚ ਕੰਮ ਕਰਨ ਲਈ ਬੋਲਿਆ ਜਾਂਦਾ ਹੈ ਕਿ ਤੁਸੀਂ ਰਿਅਲਿਸਟਿਕ ਸਟਾਈਲ ਨਾਲ ਕੰਮ ਕਰੋ, ਤੇ ਉਹਦੇ ਵਿੱਚ ਵੀ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਜੀ, ਸਾਡੇ ਨਾਲ ਇੱਥੇ ਡਾਕਟਰ ਹਰਦੀਪ ਕੌਰ ਵੜੈਚ ਨੇ, ਉਹਨਾਂ ਵੱਲੋਂ ਆਇਆ ਕਿ ਹਾਊ ਮੱਚ ਦੀਸ ਪੰਜਾਬੀ ਆਰਟਿਸਟ ਵਾਰ ਇਨਫਲੂਐਂਸਡ ਬਾਈ ਦਾ ਯੂਰੋਪੀਅਨ ਆਰਟ ਨੋਵਾ ਮੂਵਮੈਂਟ। ਜਿਵੇਂ ਮੈਂ ਦੱਸਿਆ ਕਿ ਵੈਸੇ ਯੂਰਪੀਅਨ ਆਰਟ ਦੇ ਨਾਲ ਤਾਂ ਉਹ ਪ੍ਰਭਾਵਿਤ ਹੋ ਰਹੇ ਹਨ, ਬਟ ਜੇ ਆਪਾਂ ਆਰਟਿਸਟ ਦੀ ਗੱਲ ਕਰੀਏ ਉਸ ਟਾਈਮ ਦੇ ਕੰਟੈਂਪਰੇਰੀ ਆਰਟਿਸਟ ਦੀ, ਤਾਂ ਉਹ ਉਹਨਾਂ ਤੇ ਇਫੈਕਟ ਪੈਂਦਾ ਹੈ ਅੰਮ੍ਰਿਤਾ ਸ਼ੇਰਗਿੱਲ ਜੀ ਦੇ ਕੰਮ ਦਾ, ਜੋ ਕਿ ਆਪ ਉਹਨਾਂ ਨੇ ਅੰਮ੍ਰਿਤਾ ਸ਼ੇਰਗਿੱਲ ਤੇ ਗਗਨ ਦੇ ਕੰਮ ਦਾ, ਤੇ ਉਹਨਾਂ ਦੇ ਜੇ ਸਟਾਈਲ ਦੇ ਆਪਾਂ ਗੱਲ ਕਰੀਏ ਉਹਨਾਂ ਤੇ ਅਜੰਤਾ ਆਰਟ ਤੇ ਪਹਾੜੀ ਵੂਮੈਨਸ ਦਾ ਕਾਫੀ ਇਨਫਲੂਐਂਸ ਸੀ, ਉਹਨਾਂ ਦੇ ਇਨਫਲੂਐਂਸ ਦੇ ਅੰਡਰ ਉਹ ਕੰਮ ਕਰ ਰਹੇ ਸਨ। ਕਿ ਉਹਨਾਂ ਦੇ ਜ਼ਿਆਦਾਤਰ ਜੇ ਆਪਾਂ ਉਹਨਾਂ ਦੀ ਕਾਂਗੜਾ ਬ੍ਰਾਈਡ ਦੇਖੀਏ, ਉਹਨਾਂ ਦੀ ਪਹਾੜੀ ਵੂਮੈਨ ਦੇਖੀਏ, ਬ੍ਰਹਮਚਾਰੀ ਵੇਖੀਏ, ਉਹਨਾਂ ਦੀ ਫਿਗਰਸ ਬੜੀ ਸਟਡੀ ਹੁੰਦੀਆਂ ਸੀ, ਜੋ ਕਿ ਜਿਹੜੇ ਹਿਲ ਸਟੇਸ਼ਨ ਤੇ ਰਹਿਣ ਵਾਲੇ ਲੋਕੀ ਨੇ ਉਹਨਾਂ ਦੀ ਫਿਜ਼ਿਕ ਨਾਲ ਮਿਲਦੀ ਜੁਲਦੀਆਂ ਸਨ, ਤੇ ਉਹਨਾਂ ਦੀ ਕਲਰ ਸਕੀਮ ਜਿਹੜੀ ਸੀ ਉਹ ਵੈਸਟਰਨ ਸਕੀਮ ਨਾਲ, ਕਲਰ ਸਕੀਮ ਨਾਲ ਮਿਲਦੀ ਸੀ, ਤੇ ਇਸ ਦਾ ਇੰਪੈਕਟ ਉਸ ਟਾਈਮ ਲਾਹੌਰ ਦੇ ਆਰਟਿਸਟ ਦੇ ਉੱਤੇ ਪੈਂਦਾ ਹੈ, ਨਾ ਸਿਰਫ ਲਾਹੌਰ ਬਲਕਿ ਪੂਰੇ ਦੇਸ਼ ਦੇ ਆਰਟਿਸਟ ਦੇ ਉੱਤੇ ਪੈਂਦਾ ਹੈ ਕਿ ਅੰਮ੍ਰਿਤਾ ਸ਼ੇਰਗਿੱਲ ਜੀ ਨੂੰ ਮਾਡਰਨ ਆਰਟ ਦਾ ਪਾਇਨੀਅਰ ਕਿਹਾ ਜਾਂਦਾ ਹੈ। ਜੀ, ਸਾਡੇ ਨਾਲ
ਡਾਕਟਰ ਚਰਨਜੀਤ ਕੌਰ ਮਾਨ ਹੋਰੀ ਨੇ ਉਹਨਾਂ ਨੇ ਇੱਕ ਕੁਐਸਚਨ ਕੀਤਾ ਕਿ ਮੈਡਮ ਕੋਈ ਪਰਸੀ ਬ੍ਰਾਉਨ ਦੁਆਰਾ ਬਣਾਈ ਪੇਂਟਿੰਗ ਬਾਰੇ ਦੱਸੋ। ਐਕਚੁਅਲੀ ਮੈਂ ਜਿਹੜਾ ਮੇਰਾ ਸਪੈਸਿਫਿਕ ਏਰੀਆ ਹੈ, ਮੈਂ ਆਰਟ ਸੋਸਾਇਟੀਜ਼ ਦੇ ਗਰੁੱਪਸ ਦੇ ਉੱਤੇ ਸਟੱਡੀ ਕੀਤੀ ਹੈ। ਪਰਸੀ ਬ੍ਰਾਊਨ ਨੇ ਵੀ ਕਾਫੀ ਕੰਮ ਕੀਤਾ ਉਸ ਟਾਈਮ। ਜਿੰਨੇ ਵੀ ਆਪਾਂ ਜਿਵੇਂ ਗੱਲ ਕਰਦੇ ਹਾਂ, ਸਾਰੇ ਹੀ ਆਰਟ ਹਿਸਟੋਰੀਅਨ ਕਿਤੇ ਨਾ ਕਿਤੇ ਆਰਟ ਨਾਲ ਵੀ ਇਨਫਲੂਐਂਸ ਸੀਗੇ ਤੇ ਉਹਨਾਂ ਨੇ ਕੰਮ ਕੀਤਾ ਹੈ। ਬਟ ਸੋਰੀ, ਮੈਨੂੰ ਇਸ ਟਾਈਮ ਕੁਛ ਯਾਦ ਨਹੀਂ ਆ ਰਿਹਾ ਹੈ, ਬਟ ਮੈਂ ਉਹਨਾਂ ਨੂੰ ਬਾਅਦ ਵਿੱਚ ਦੱਸ ਸਕਦੀ ਹਾਂ ਜੇ ਉਹ ਡਿਸਕਸ ਕਰਨਾ ਚਾਹੁੰਦੇ। ਹਾਂਜੀ ਬਿਲਕੁਲ ਹੈ। ਜਿਹੜੇ ਕੁਐਸਚਨ ਜਿਹੜੇ ਕਮੈਂਟਸ ਨੇ ਕੁਐਸਚਨ ਜਿਹੜੇ ਇਹਦੇ ਵਿੱਚ ਮੌਜੂਦ ਨੇ, ਤੁਸੀਂ ਉਹਨਾਂ ਨੂੰ ਬਾਅਦ 'ਚੋਂ ਵੀ ਜਿਹੜਾ ਹੈ ਉਹ ਦੱਸ ਸਕਦੇ ਹੋ, ਉਹਨਾਂ ਨਾਲ ਗੱਲ ਕਰ ਸਕਦੇ ਹੋ। ਜਿਨ੍ਹਾਂ ਨੂੰ ਤੁਸੀਂ ਚਾਹੋ ਜਿਸ ਕਮੈਂਟ 'ਤੇ ਕਰਨਾ, ਤੁਸੀਂ ਜ਼ਰੂਰ ਉਹਨਾਂ ਨੂੰ ਰਿਪਲਾਈ ਕਰ ਦੇਣਾ। ਹਾਂਜੀ ਜੀ ਮੈਂ ਕੋਈ ਕੁਐਸਚਨ ਵੇਖ ਰਹੇ ਹਾਂ ਜੀ ਇੱਧਰੋਂ। ਬਿਲਕੁਲ। ਇੱਕ ਕੁਐਸਚਨ ਸਾਡੇ ਕੋਲ ਮੌਜੂਦ ਹੈ ਕਿ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਇਹ ਸਕੂਲਸ ਨੇ ਇਹਨਾਂ ਨੇ ਜਿਹੜੇ ਸਾਡਾ ਨਵਾਂ ਔਰ ਪੁਰਾਣਾ ਸਮਝ ਲਓ ਕਿ ਜਿਹੜਾ ਇੱਥੇ ਦਾ ਲੋਕਲ ਔਰ ਜਿਹੜਾ ਬ੍ਰਿਟਿਸ਼ ਆਰਟ ਸੀ ਉਹਨੂੰ ਮਿਲਾਉਣ ਦੇ ਵਿੱਚ ਕਿੱਡਾ ਕੁ ਵੱਡਾ ਕਿਰਦਾਰ ਅਦਾ ਕੀਤਾ, ਜਾਂ ਉਹਨਾਂ ਨੇ ਬਿਲਕੁਲ ਇੱਥੇ ਵਾਲੇ ਆਰਟ ਨੂੰ ਕੱਢ ਦਿੱਤਾ ਔਰ ਨਿਆ ਆਰਟ ਸੀ, ਜਾਂ ਇਹਨਾਂ ਦਾ ਕੋਈ ਮਿਕਸਚਰ ਜਾਂ ਕੋਈ ਕਨੈਕਸ਼ਨ ਵੀ ਆਪਸ 'ਚ ਬਣਾਇਆ ਗਿਆ? ਤੇ ਇਹਨਾਂ ਦਾ ਮਿਕਸਚਰ ਹੁੰਦਾ ਸੀ, ਕਨੈਕਸ਼ਨ ਹੁੰਦਾ ਸੀ। ਇਹ ਆਪਣੇ ਆਰਟ ਜਿਵੇਂ ਕਿ ਜੇ ਆਪਾਂ ਇਹਨਾਂ ਦਾ ਮੇਓ ਸਕੂਲ ਆਫ ਆਰਟ ਦਾ ਹੀ ਜੇ ਆਪਾਂ ਕਰੀਕੁਲਮ ਵੇਖੀਏ, ਉਹਨਾਂ ਦਾ ਸਿਲੇਬਸ ਵੇਖੀਏ, ਤੇ ਉਹਦੇ ਵਿੱਚ ਮਿਕਸ ਸੀ। ਉਹਦੇ ਵਿੱਚ ਆਇਲ ਪੇਂਟਿੰਗ ਦਾ ਵੀ ਸੈਸ਼ਨ ਹੁੰਦਾ ਸੀ, ਉਹਦੇ ਵਿੱਚ ਕ੍ਰਾਫਟਸਮੈਨਸ਼ਿਪ ਦਾ ਵੀ ਸੈਸ਼ਨ ਹੁੰਦਾ ਸੀ। ਤੇ ਜੇ ਆਪਾਂ ਗੱਲ ਕਰੀਏ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਬੱਚੇ ਵੀ ਆਉਂਦੇ ਸਨ ਉਹ ਆਰਟੀਜ਼ਨ ਜਿਵੇਂ ਕਾਰੀਗਰ ਕਲਾਸ ਦੇ ਹੁੰਦੇ ਸਨ, ਉਹੀ ਜ਼ਿਆਦਾਤਰ ਜੁਆਇਨ ਕਰਦੇ ਸਨ ਜਿਨ੍ਹਾਂ ਦਾ ਰੁਝਾਨ ਉਸ ਟਾਈਮ ਕ੍ਰਾਫਟਮੈਨਸ਼ਿਪ ਵਾਲੇ ਜਿਹੜੇ ਸਿਲੇਬਸ ਹੁੰਦੇ ਸੀ ਉਹਨਾਂ ਨੂੰ ਫੋਲੋ ਕਰਨਾ ਹੁੰਦਾ ਸੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਜਿਹੜੇ ਬਾਕੀ ਹਾਈ ਕਲਾਸ ਦੇ ਬੱਚੇ ਆਏ ਉਹਨਾਂ ਨੇ ਫਿਰ ਪੇਂਟਿੰਗ ਦੀ ਕਲਾਸਿਸ ਨੂੰ ਜੁਆਇਨ ਕੀਤਾ। ਜੀ ਡਾਕਟਰ ਸਾਹਿਬ ਅੱਜ ਦੇ ਲੈਕਚਰ ਲਈ ਤੁਹਾਡਾ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਔਰ ਇੱਕ ਬਹੁਤ ਖੂਬਸੂਰਤ ਔਰ ਬਹੁਤ ਅੱਛਾ ਲੈਕਚਰ ਅੱਜ ਸਾਡੇ ਨਾਲ ਤੁਸੀਂ ਸਾਂਝਾ ਕੀਤਾ। ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਜਿਹੜੇ ਸਾਡੇ ਕਮੈਂਟ ਦੇ ਵਿੱਚ ਜਿਹੜੇ ਆਏ ਹੋਣ ਕੋਈ ਸਵਾਲਾਂ, ਉਹਨਾਂ ਨੂੰ ਤੁਸੀਂ ਵੇਖ ਲੈਣਾ, ਉਹਨਾਂ ਸਵਾਲਾਂ ਦੇ ਅਗਰ ਜਵਾਬ ਦੇਣਾ ਚਾਹੋ ਤੇ ਪਲੀਜ਼ ਜ਼ਰੂਰ ਦੇ ਦੇਣਾ। ਤੇ ਇਸੇ ਤਰ੍ਹਾਂ ਯੂਟਿਊਬ ਦੇ ਉੱਪਰ ਵੀ ਦੋਸਤ ਹੈ ਪ੍ਰੋਫੈਸਰ ਕਮਲੇਸ਼ ਮੋਹਨ ਹੋਰਾਂ ਨੇ ਹੁਣੀ ਕੋਈ ਕੀਤਾ ਹੈ ਸਵਾਲ, ਤੁਸੀਂ ਉਹਨਾਂ ਨੂੰ ਪਲੀਜ਼ ਵੇਖ ਲੈਣਾ, ਅਗਰ ਤੁਸੀਂ ਚਾਹੋ ਤੇ ਜਵਾਬ ਦੇ ਦੇਣਾ। ਅਸੀਂ ਆਪਣੇ ਕਲੱਬ ਵੱਲੋਂ ਇੱਕ ਦਫ਼ਾ ਫਿਰ ਤੁਹਾਡੇ ਬਹੁਤ ਮਸ਼ਕੂਰ ਹਾਂ ਕਿ ਤੁਸੀਂ ਅੱਜ ਟਾਈਮ ਕੱਢਿਆ ਔਰ ਇੱਕ ਬਹੁਤ ਮਜ਼ਾ ਆਇਆ, ਬਹੁਤ ਅੱਛਾ ਇੱਕ ਲੈਕਚਰ ਸਾਡੇ ਨਾਲ ਇਸ ਦੇ ਵਿੱਚ ਸਾਡੇ ਆਰਕਾਈਵ 'ਚ ਵਾਧਾ ਕੀਤਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਜੀ ਸਾਡੇ ਨਾਲ ਜਿਹੜੇ ਦੋਸਤ ਹਨ ਜਿਹੜੇ ਸਾਨੂੰ ਵੇਖ ਰਹੇ ਸਨ ਉਹਨਾਂ ਦਾ ਬਹੁਤ ਸ਼ੁਕਰੀਆ। ਅੱਜ ਦਾ ਇੱਕ ਬਹੁਤ ਹੀ ਖੂਬਸੂਰਤ ਲੈਕਚਰ ਸਾਡੇ ਨਾਲ ਡਾਕਟਰ ਅੰਜੂ ਬਾਲਾ ਹੋਰੀ ਕਰ ਰਹੇ ਸਨ ਔਰ ਪੂਰੀ 20th century ਦਾ ਪੂਰਾ ਇੱਕ ਨਕਸ਼ਾ ਅਸੀਂ ਵੇਖਣ ਨੂੰ ਮਿਲਿਆ ਔਰ ਬਹੁਤ ਅੱਛਾ ਇਜ਼ਾਫਾ ਸਾਡੇ ਆਰਕਾਈਵ ਦੇ ਵਿੱਚ ਹੋਇਆ ਔਰ ਇਸ ਤਰ੍ਹਾਂ ਹੀ ਅਸੀਂ ਆਪਣੇ ਜਿਹੜੇ ਆਰਟ ਹਿਸਟੋਰੀਅਨ ਨੇ ਜਿਹੜੇ ਕੰਮ ਕਰ ਰਹੇ ਨੇ ਪੰਜਾਬ ਦੇ ਹਵਾਲੇ ਨਾਲ, ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਜਿਹੜਾ ਹੈ ਉਹ ਹਿੱਸਾ ਪਾਇਆ ਜਾਏ। ਇਹਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਵਲ ਦਲੀਵਾਰ ਹੋਰੀ ਇਹਨਾਂ ਸਾਰੇ ਦੋਸਤਾਂ ਦਾ ਵੀ ਇੱਕ ਆਰਟ ਦੇ ਇੱਕ ਪੂਰੀ ਸੀਰੀਜ਼ ਅਸੀਂ ਬਣਾਉਣਾ ਚਾਹਾਂਗੇ ਔਰ ਉਹਨੂੰ ਨਾਲ ਨਾਲ ਚਲਾਉਣਾ ਚਾਹਾਂਗੇ, ਕਿਉਂਕਿ ਅਸੀਂ ਸਮਝਦੇ ਹਾਂ ਕਿ ਆਰਟ ਦਾ ਵੀ ਆਰਟ ਹਿਸਟੋਰੀਅਨ ਦਾ ਵੀ ਹੋਣਾ ਬਹੁਤ ਜ਼ਰੂਰੀ ਹੈ ਔਰ ਅੱਜ ਦਾ ਇੱਕ ਜਿਹੜਾ ਇਹ ਲੈਕਚਰ ਪਿਲੇ ਡਾਕਟਰ ਨਦਰਾ ਜੀ ਸਾਡੇ ਨਾਲ ਨਾਮਸ ਤੋਂ ਆਏ ਸਨ, ਫਿਰ ਸੁਭਾਸ਼ ਪਰਿਹਾਰ ਜੀ ਔਰ ਅੱਜ ਡਾਕਟਰ ਅੰਜੂ ਬਾਲਾ ਹੋਰੀ ਸਾਡੇ ਨਾਲ ਇਹ ਆਰਟ ਹਿਸਟੋਰੀਅਨ ਜਿਹੜੇ ਨੇ ਨਾ ਇਸ ਆਰਕਾਈਵ ਦਾ ਹਿੱਸਾ ਬਣਦੇ ਜਾ ਰਹੇ ਔਰ ਆਉਣ ਵਾਲੇ ਦਿਨਾਂ 'ਚ ਮਜ਼ੀਦ ਸਾਡੇ ਨਾਲ ਹੋਰ ਦੋਸਤ ਵੀ ਜਿਹੜੇ ਉਹ ਆਉਣਗੇ। ਸੋ ਅਸੀਂ ਇਹ ਲੈਕਚਰ ਸੀਰੀਜ਼ ਜਿਹੜੀ ਹਿਸਟਰੀ ਲੈਕਚਰ ਸੀਰੀਜ਼ ਉਹਦੇ ਵਿੱਚ ਨਾਲ ਨਾਲ ਜਿਹੜਾ ਹੈ ਚੱਲਦਾ ਰਹੇਗਾ। ਮੈਂ ਬਹੁਤ ਮਸ਼ਕੂਰ ਹਾਂ ਜਿਹੜੇ ਦੋਸਤ ਸਾਨੂੰ ਵੇਖ ਰਹੇ ਸਨ ਔਰ ਅਗਲਾ ਲੈਕਚਰ ਜਿਹੜਾ ਹੈ ਸਾਡਾ ਹੁਣ 21st ਨੂੰ ਹੋਏਗਾ ਔਰ ਇਹਦੇ ਨਾਲ ਨਾਲ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਆਪਣਾ ਅਪਕਮਿੰਗ ਦਾ ਪੋਸਟਰ ਜਿਹੜਾ ਹੈ ਉਹ ਦੋ ਪੋਸਟਰ ਅਸੀਂ ਸ਼ਾਇਆ ਕੀਤੇ ਨੇ, ਪਬਲਿਸ਼ ਕਰ ਦਿੱਤੇ ਨੇ, ਲਾ ਦਿੱਤੇ ਨੇ ਫੇਸਬੁੱਕ ਤੇ। ਤੇ ਮੈਂ ਦੋਸਤਾਂ ਨੂੰ ਕਹਾਂਗਾ ਕਿ ਉਹ ਜਿਹੜਾ ਪੋਸਟਰ ਹੈ ਅਸੀਂ ਇਹਨੂੰ ਟੈਗ ਨਹੀਂ ਕਰ ਸਕੇ, ਮੈਂ ਖੁਦ ਟੈਗ ਨਹੀਂ ਕਰ ਸਕਿਆ ਆਪਣੇ ਬਹੁਤ ਸਾਰੇ ਸਕਾਲਰਸ ਨੂੰ ਦੋਸਤਾਂ ਨੂੰ, ਤੇ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰਾਂਗਾ, ਦਰਖਾਸਤ ਕਰਾਂਗਾ, ਬੇਨਤੀ ਕਰਾਂਗਾ ਕਿ ਉਹ ਮੇਰੀ ਅਗਰ ਵਾਲ ਤੇ ਜਾਣ ਤੇ ਉਹ ਪੋਸਟਰ ਮੌਜੂਦ ਨੇ, ਇੱਕ ਤੇ ਉਹਨਾਂ ਨੂੰ ਵੇਖਣ, ਦੂਜਾ ਆਪਣਾ ਕਮੈਂਟ ਵੀ ਕਰਨ ਤੇ ਉਹਨੂੰ ਸ਼ੇਅਰ ਵੀ ਕਰ ਦੇਣ।
ਉਹਦੇ ਨਾਲ ਇਹ ਹੋਏਗਾ ਕਿ ਬਾਕੀ ਜਿਹੜੇ ਦੋਸਤ ਨੇ ਉਹ ਵੇਖ ਸਕਣਗੇ ਔਰ ਉਹਨਾਂ ਦੇ ਇੰਟਰਸਟ ਤੇ ਜਿਸ ਤਰ੍ਹਾਂ ਸਕਾਲਰਸ ਆਉਂਦੇ ਜਾਣਗੇ ਉਹ ਆਪਣੀ ਇਸ ਹਿਸਟਰੀ ਲੈਕਚਰ ਸੀਰੀਜ਼ 'ਚ ਉਹ ਸ਼ਾਮਲ ਹੁੰਦੇ ਜਾਣਗੇ। ਸੋ ਬਹੁਤ ਸ਼ੁਕਰੀਆ ਤੁਹਾਡੇ ਦੋਸਤਾਂ ਦਾ ਵੇਖਣ ਦਾ, ਔਰ ਜਿਹੜੇ ਦੋਸਤਾਂ ਨੂੰ ਵੇਖ ਰਹੇ ਉਹਨਾਂ ਨੂੰ ਜਿਹੜੀ ਇਹ ਵੀਡੀਓ ਯੂਟਿਊਬ ਤੇ ਵੀ ਮੌਜੂਦ ਹੈ ਔਰ ਫੇਸਬੁੱਕ ਤੇ ਵੀ, ਤੁਹਾਨੂੰ ਪਲੀਜ਼ ਲਾਈਕ ਵੀ ਕਰੋ, ਸ਼ੇਅਰ ਵੀ ਕਰ ਦੇਣਾ। ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਰੱਬ ਰੱਖਾ।